ਵਿਰਾਸਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਅਰ ਸਿੱਧੂ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜੁੜ ਚੁੱਕੇ ਹੋਏ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਨਾਲ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਲਾਪਰੀ ਸੰਧੂ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਦੇ ਮੌਸਮ ਤੇ ਜ਼ਰੂਰ ਚਾਤ ਮਾਰ ਲਈਏ ਜੇਕਰ ਮੈਂ ਗੱਲ ਕਰਾਂ ਮੌਸਮ ਦੀ ਤਾਂ ਪੰਜਾਬ ਦੇ ਵਿੱਚ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਜਾਂ ਮੈਂ ਕਹਾਂ ਵੀ ਪਿਛਲੇ ਦਿਨਾਂ ਤੋਂ ਜਿਹੜਾ ਮੌਸਮ ਹੈ ਉਹ ਠੀਕ-ਠਾਕ ਜਿਹਾ ਚੱਲ ਰਿਹਾ ਹੈ ਚਾਹੀ ਤਾਂ ਮੈਂ ਕਿਲਾ ਵੀ ਕਿਤੇ ਕਿਤੇ ਧੁੱਪ ਚੜ ਜਾਂਦੀ ਹੈ ਜਾਂ ਹਵਾ ਚੱਲਣ ਲੱਗ ਜਾਂਦੀ ਹੈ ਤੇ ਜਿਹੜੀ ਮੈਂ ਦੱਸਿਆ ਸੀ ਵੀ ਹਨੇਰੀ ਚੱਲੀ ਸੀ ਪਰਸ਼ੂ ਉਹਦੇ ਨਾਲ ਵੀ ਜਿਹੜਾ ਕਾਫੀ ਨੁਕਸਾਨ ਫਸਲਾਂ ਦਾ ਹੋਇਆ ਹੈ ਜੀ ਤੇ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਜਿਵੇਂ ਪੰਜਾਬ ਦੇ ਵਿੱਚ ਹਾਲਾਤ ਨੇ ਫਸਲਾਂ ਦੇ ਫਸਲਾਂ ਡਿੱਗ ਪਿਆ ਨਹੀਂ ਮੁੱਖ ਮੰਤਰੀ ਸਾਹਿਬ ਵੀ ਕਾਫੀ ਚਿੰਤਤ ਨੇ ਉਹਨਾਂ ਨੇ ਵੀ ਕਈ ਫੈਸਲੇ ਲਈ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਲਈ ਨੇ ਤੇ ਸ਼ਾਇਦ ਇਸ ਤੇ ਕਿਸਾਨਾਂ ਨੂੰ ਕੋਈ ਰਾਹਤ ਮਿਲ ਸਕੇ ਉਹ ਮੈਂ ਖਬਰ ਵੀ ਇੱਕ ਤੁਹਾਡੇ ਨਾਲ ਸਾਂਝੀ ਕਰੂੰਗੀ ਮੁੱਖ ਮੰਤਰੀ ਸਾਹਿਬ ਨੇ ਕੀ ਕੁਝ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਐਲਾਨ ਕੀਤਾ ਤੇ ਫਿਲਹਾਲ ਜਿਹੜਾ ਆ ਕਿਸਾਨਾਂ ਨੂੰ ਕਾਫੀ ਮਾਰ ਪੈ ਚੁੱਕਿਆ ਹੈ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਡਿੱਗ ਪਈਆਂ ਨੇ ਜਿਹੜੀ ਕਣਕ ਦੀ ਫਸਲਾਂ ਲੰਮੀਆਂ ਪਈਆਂ ਪਈਆਂ ਨੇ ਤੇ ਜਦੋਂ ਕਿਤੇ ਰੋਡ ਦੇ ਉੱਤੇ ਜਾਂਦੇ ਆਣਾ ਤੇ ਦੇਖ ਕੇ ਆਏ ਹੁੰਦਾ ਵੀ ਕਿੱਡਾ ਵੱਡਾ ਕਹਿਰ ਕਿਸਾਨ ਦੇ ਉੱਤੇ ਡਿੱਗ ਚੁੱਕਿਆ ਜੀ ਜ਼ਿੰਦਗੀ ਵਿੱਚ ਕੁਝ ਚੀਜ਼ਾਂ ਕੀਮਤ ਨਾਲ ਨਹੀਂ ਕਿਸਮਤ ਨਾਲ ਮਿਲਦੀਆਂ ਸਾਨੂੰ ਅਕਸਰ ਕੀ ਹੁੰਦਾ ਹੈ ਕਿ ਅਸੀਂ ਨਾ ਪੈਸੇ ਕਮਾ ਲੈਂਦੇ ਆ ਵੀ ਅਸੀਂ ਪੈਸੇ ਨਾਲ ਹਰ ਇੱਕ ਚੀਜ਼ ਹੈ ਜਿਹੜੀ ਉਹ ਖਰੀਦ ਪਾਵਾਂਗੇ ਜੀ ਪਰ ਕਦੇ ਵੀ ਪੈਸੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਖਰੀਦੀਆਂ ਨਹੀਂ ਜਾਂਦੀਆਂ ਜਿਵੇਂ ਮਾਪੇ-ਬਾਪ ਹੋ ਗਏ ਸਾਡੇ ਰਿਸ਼ਤੇ ਆ ਉਹ ਸੀ ਕੀ ਆ ਖੁਸ਼ੀ ਹੋਗੀ ਸਾਡੀ ਉਹ ਸੀ ਪੈਸੇ ਨਾਲ ਕਦੇ ਵੀ ਨਹੀਂ ਖਰੀਦ ਸਕਦੇ ਸਾਡੇ ਕੋਲ ਜਿੰਨਾ ਮਰਜੀ ਪੈਸਾ ਸੀ ਪੈਸਾ ਹੋਣ ਦੇ ਬਾਵਜੂਦ ਵੀ ਜਿਹੜੀ ਉਹ ਖੁਸ਼ੀ ਆ ਨਿੱਕੀਆਂ-ਨਿੱਕੀਆਂ ਚੀਜ਼ਾਂ 'ਚ ਜਿਹੜੀ ਅਸੀਂ ਖੁਸ਼ੀ ਕਰਦੇ ਉਹ ਸਾਨੂੰ ਕਦੇ ਵੀ ਨਹੀਂ ਮਿਲਦੀ ਹੈਗੀ ਦੇਖੋ ਪਹਿਲੀ ਗੱਲ ਤਾਰ ਜੀ ਜਿਵੇਂ ਤੁਸੀਂ ਪੈਸੇ ਦੀ ਗੱਲ ਕੀਤੀ ਆ ਜੀ ਜ਼ਿੰਦਗੀ ਦੇ ਵਿੱਚ ਪੈਸਾ ਜ਼ਰੂਰੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਪੈਸੇ ਦੀ ਕੋਈ ਅਹਿਮੀਅਤ ਹੈ ਨਹੀਂ ਕਿਉਂਕਿ ਜੇਕਰ ਜ਼ਿੰਦਗੀ ਦੇ ਪੈਸਾ ਨਹੀਂ ਨਾ ਤੇ ਜ਼ਿੰਦਗੀ ਨਹੀਂ ਪਰ ਹਾਂ ਇਹ ਨਹੀਂ ਹੈਗਾ ਵੀ ਪੈਸਾ ਹੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਇਹ ਨਹੀਂ ਵੀ ਕੱਲਾ ਪੈਸੇ ਹੀ ਸਾਡੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ ਜਿਸ ਤੇ ਸਾਨੂੰ ਗੌਰ ਕਰਨ ਦੀ ਵੀ ਲੋੜ ਹੈ ਜਿਸ ਤੇ ਅੱਜ ਦੀ ਪੀੜ੍ਹੀ ਜੇਕਰ ਮੈਂ ਸਪੈਸ਼ਲ ਅੱਜ ਦੀ ਪੀੜ੍ਹੀ ਦੀ ਗੱਲ ਕਰਾਂ ਜਿਵੇਂ ਅੱਜ ਦੀ ਪੀੜ੍ਹੀ ਦੇ ਵਿੱਚ ਪੈਸੇ ਦੀ ਦੌੜ ਆ ਪੈਸਾ ਕਮਾਉਣ ਦੇ ਲਈ ਬਾਹਰ ਜਾਣ ਦੀ ਦੌੜ ਆ ਜਾਂ ਮੈਂ ਕਹਾਂ ਲਾਂ ਵੀ ਪੀੜ੍ਹੀ ਅੱਜ ਦੀ ਜਿਹੜੀ ਇਹ ਸੋਚ ਰਹੀ ਵੀ ਸਾਡੇ ਕੋਲੇ ਇਹੋ ਜਿਹਾ ਲਾਈਫ ਸਟਾਈਲ ਹੋਵੇ ਇੱਕ ਅਸੀਂ ਇਹੋ ਜਿਹਾ ਲਾਈਫ ਸਟਾਈਲ ਦੇ ਵਿੱਚ ਰਹੀਏ ਜਿੱਥੇ ਕੱਲਾ ਪੈਸਾ ਮੁੱਖ ਹੋਵੇ ਤਾਂ ਮੈਂ ਇੱਥੇ ਵੀ ਕਹਿ ਦੇਣਾ ਚਾਹੁੰਦਾ ਵੀ ਕੱਲੇ ਪੈਸੇ ਨਾਲ ਕੁਝ ਨਹੀਂ ਹੁੰਦਾ ਜੇਕਰ ਤੁਹਾਡੇ ਕੋਲੇ ਕਰੋੜ ਰੁਪਏ ਇੱਕ ਪਾਸੇ ਪਿਆ ਤੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੈ ਨਹੀਂ ਨਾ ਕਿਉਂਕਿ ਜ਼ਿੰਦਗੀ ਪੈਸੇ ਨਾਲ ਨਹੀਂ ਨਾ ਖਰੀਦੀ ਜਾ ਸਕਦੀ ਤੇ ਖੁਸ਼ੀਆਂ ਵੀ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਜੇਕਰ ਤੁਹਾਡੇ ਕੋਲੇ ਖੁਸ਼ੀ ਵੰਡਾਉਣ ਦੇ ਲਈ ਕੋਈ ਆਦਮੀ ਜਾਂ ਕੋਈ ਥੋੜਾ ਇੱਕ ਸਾਖ ਸੰਬੰਧੀ ਰਿਸ਼ਤੇਦਾਰੀ ਹੈ ਨਹੀਂ ਤੇ ਤੁਸੀਂ ਕੱਲੇ ਪੈਸੇ ਦਾ ਕੀ ਕਰੋਗੇ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਘਰ ਦੇ ਵਿੱਚ ਕੋਈ ਇਹੋ ਜੀਆਂ ਤਕਲੀਫਾਂ ਨੇ ਜਿਸ ਤੋਂ ਤੁਸੀਂ ਪਰੇਸ਼ਾਨ ਹੋ ਪੈਸਾ ਉਹਦੇ ਨਾਲ ਖਤਮ ਨਹੀਂ ਹੋ ਜਾਂਦੀਆਂ ਉਹਦੇ ਨਾਲ ਉਹ ਰਿਸ਼ਤੇ ਦੇ ਵਿੱਚ ਜਿਹੜੀਆਂ ਫਿੱਕਾ ਨੇ ਉਹ ਪੂਰੀਆਂ ਨਹੀਂ ਹੋ ਜਾਂਦੀਆਂ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕਮਾਉਣਾ ਚਾਹੁੰਦੇ ਹੋ ਤਾਂ ਪਿਆਰ ਕਮਾਓ ਫਿਰ ਪੈਸਾ ਕਮਾਓ ਜ਼ਿੰਦਗੀ ਦੇ ਵਿੱਚ ਕੁਝ ਕਮਾਉਣਾ ਚਾਹੁੰਦੇ ਹੋ ਤਾਂ ਰਿਸ਼ਤੇਦਾਰੀ ਕਮਾਓ ਜ਼ਿੰਦਗੀ ਦੇ ਵਿੱਚ ਕੁਝ ਕਮਾਉਣਾ ਚਾਹੁੰਦੇ ਹੋ ਤਾਂ ਸਤਿਕਾਰ ਕਮਾਓ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਹਿੰਮਤ ਕਰੋ ਇਹ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਆ ਹਾਂ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਪੈਸਾ ਕਮਾਉਣਾ ਛੱਡ ਦਿਓ ਜਾਂ ਤੁਸੀਂ ਜਿਹੜੇ ਕੰਮ ਕਰ ਰਹੇ ਹੋ ਪੈਸੇ ਦੇ ਲਈ ਆਪਦੀ ਜ਼ਿੰਦਗੀ ਨੂੰ ਅਕਲ ਜਾ ਰਹੇ ਹੋ ਉਹ ਛੱਡ ਦਿਓ ਕਿਉਂਕਿ ਜੇਕਰ ਜ਼ਿੰਦਗੀ ਦੇ ਵਿੱਚ ਪੈਸਾ ਨਹੀਂ ਨਾ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਇਹ ਤਾਂ ਹੈ ਨਹੀਂ ਨਾ ਵੀ ਆਪਾਂ ਜ਼ਿੰਦਗੀ ਵਿੱਚ ਕਰਨਾ ਹੀ ਇਕੱਲੇ ਪੈਸੇ ਦੇ ਲਈ ਆ ਹੋਰ ਕਿਸੇ ਲਈ ਆਪਾਂ ਕੁਝ ਕਰਨਾ ਹੀ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਪੈਸਾ ਕਮਾ ਕੇ ਅੱਗੇ ਨਾ ਜਾਓ ਤੁਸੀਂ ਜਾਓ ਪਰ ਅੱਗੇ ਜਾਣ ਦੇ ਨਾਲ ਨਾਲ ਉਹਨਾਂ ਨੂੰ ਵੀ ਯਾਦ ਰੱਖੋ ਨਾ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਜਿਨ੍ਹਾਂ ਨੇ ਪਾਲਿਆ ਤੇ ਜਿਨ੍ਹਾਂ ਨਾਲ ਤੁਸੀਂ ਵੱਡੇ ਹੋਏ ਹੋ ਮੇਰੇ ਕਹਿਣ ਦਾ ਭਾਵ ਮਾਪਿਓ ਤੇ ਤੁਹਾਡੇ ਵੱਡੇ ਭੈਣ ਭਰਾ ਛੋਟੇ ਭੈਣ ਭਰਾ ਤੇ ਨਾਲ ਨਾਲ ਤੁਹਾਡੇ ਉਹ ਰਿਸ਼ਤੇਦਾਰ ਜاہے ਉਹ ਚਾਚਾ ਚਾਹੇ ਉਹ ਤਾਇਆ ਕਿਉਂਕਿ ਜਿੰਨਾ ਚਿਰ ਸਾਡੀ ਜ਼ਿੰਦਗੀ ਦੇ ਵਿੱਚ ਰਿਸ਼ਤੇਦਾਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਖਾਸ ਕੋਈ ਯਾਰ ਬੇਲੀ ਮਿੱਤਰ ਕਹਿ ਲਈ ਉਹ ਨਹੀਂ ਉਹਨਾਂ ਚਿਰ ਜ਼ਿੰਦਗੀ ਦੇ ਵਿੱਚ ਨਜ਼ਾਰੇ ਨਹੀਂ ਫਿਰ ਚਾਹੀ ਕਿਤੇ 2 ਰੁਪਏ ਘੱਟ ਵੀ ਹੋਣਾ ਜਦੋਂ ਯਾਰ ਬੇਲੀ ਆ ਕੇ ਜਾਂ ਮਾਂ पे ਹੌਸਲਾ ਦੇਦੀ ਵੀ ਪੁੱਤ ਗੱਲ ਹੀ ਕੋਈ ਨਹੀਂ ਤੂੰ ਅਸੀਂ ਖੜੇ ਆ ਫਿਰ ਉਦੋਂ ਪੈਸੇ ਦੀ ਐਮੀਤ ਨਹੀਂ ਰਹਿੰਦੀ ਉਦੋਂ ਰਿਸ਼ਤੇਦਾਰਾਂ ਦੀ ਐਮੀਤ ਬਣਦੀ ਹੈ ਜੀ ਬਿਲਕੁਲ ਜਿੱਦਾਂ ਅਸੀਂ ਗੱਲ ਕਰ ਲਈ ਵੀ ਜਿਹੜਾ ਪੈਸਾ ਅਸੀਂ ਪੈਸਾ ਤਾਂ ਕਮਾ ਲੈਂਦੇ ਆ ਜੇ ਅਸੀਂ ਰਿਸ਼ਤੇ ਨਹੀਂ ਕਮਾਉਂਦੇ ਤਾਂ ਪੈਸਾ ਕਮਾਏ ਦਾ ਵੀ ਜਿਹੜਾ ਸਾਨੂੰ ਕੋਈ ਮੁੱਲ ਨਹੀਂ ਮਿਲਦਾ ਮੰਨ ਲਓ ਅਸੀਂ ਬਿਮਾਰ ਹੋ ਗਏ ਅਸੀਂ ਰਿਸ਼ਤੇ ਨਹੀਂ ਕਮਾਏ ਅਸੀਂ ਇਕੱਲੇ ਪੈਸੇ ਹੀ ਕਮਾਏ ਆ ਤਾਂ ਉਸ ਟਾਈਮ ਤੇ ਸਾਨੂੰ ਇਕੱਲੇ ਪੈਸੇ ਤਾਂ ਨਹੀਂ ਨਾ ਹਸਪਤਾਲ ਲੈ ਕੇ ਜਾ ਸਕਦੇ ਤਾਂ ਉਹਦੇ ਵਾਸਤੇ ਸਾਨੂੰ ਕਿ ਰਿਸ਼ਤਿਆਂ ਦੀ ਵੀ ਜ਼ਰੂਰਤ ਪੈਂਦੀ ਹੈ ਜਿੰਨੀ ਅਹਿਮੀਅਤ ਅਸੀਂ ਪੈਸੇ ਨੂੰ ਦਿੰਨੇ ਹੁੰਨੀ ਹੈ ਅਹਿਮੀਅਤ ਸਾਨੂੰ ਕਿ ਸਾਡੇ ਰਿਸ਼ਤਿਆਂ ਨੂੰ ਵੀ ਦੇਣੀ ਚਾਹੀਦੀ ਹੈ ਦੇਖੋ ਇੱਕ ਨਾ ਬੜੀ ਛੋਟੀ ਜੀ ਕਹਾਣੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇੱਕ ਨਾ ਵਿਅਕਤੀ ਹੁੰਦਾ ਜੀ ਉਹਦੇ ਕੋਲੇ ਮੈਂ ਇਹ ਨਹੀਂ ਕਹਿੰਦਾ ਕਿ ਪੈਸੇ ਦੀ ਕੋਈ ਘਾਟ ਹੁੰਦੀ ਹੈ ਉਹਦੇ ਲਈ 2 3 ਜਾਂ 4 ਕਰੋੜ ਰੁਪਈਆ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਕਿਸੇ ਟਾਈਮ ਉਹਦੇ ਤੇ ਇਹੋ ਜਿਹਾ ਮੈਂ ਕਹਿੰਦਾ ਵੀ ਸਮਾਂ ਆ ਜਾਂਦਾ ਵੀ ਜਦੋਂ ਉਹਦੇ ਬੱਚੇ ਬਿਮਾਰ ਹੋ ਜਾਂਦਾ ਤੇ ਉਹਦੇ ਬੱਚੇ ਨੂੰ ਇਹੋ ਜਿਹੀ ਬਿਮਾਰੀ ਲੱਗ ਜਾਂਦੀ ਹੈ ਜਿਹਦਾ ਠੀਕ ਹੋਣਾ ਨਾ ਮੁਨਕਿਨ ਹੁੰਦਾ ਉਹ ਡਾਕਟਰ ਕੋਲੇ ਜਾਂਦਾ ਕਹਿੰਦਾ ਵੀ ਕਰੋੜ ਲੱਗੇ 2 ਕਰੋੜ ਲੱਗੇ 3 ਕਰੋੜ ਲੱਗੇ ਸਾਡਾ ਜਵਾਕ ਠੀਕ ਹੋਣਾ ਚਾਹੀਦਾ ਹਮ ਇੱਥੇ ਗੱਲ ਇਹ ਹੈ ਨਾ ਜੀ ਵੀ ਪੈਸਾ ਤਾਂ ਤ ਪਰ ਨਾਲ ਇਹ ਵੀ ਦੱਸਣਾ ਵੀ ਉਹ ਬਿਮਾਰੀ ਦਾ ਕੋਈ ਹੱਲ ਹੈਗਾ ਇਕੱਲੇ ਪੈਸੇ ਨਾਲ ਬਿਮਾਰੀ ਦਾ ਹੱਲ ਨਹੀਂ ਨਾ ਹੁੰਦਾ ਹਾਲਤ ਆ ਇਹ ਹੈ ਵੀ ਜੇਕਰ ਉਹ ਬਿਮਾਰੀ ਦਾ ਕੋਈ ਇਲਾਜ ਹੈਗਾ ਇਲਾਜ ਤੇ ਪੈਸੇ ਲੱਗਣੇ ਆ ਨਾ ਕਿ ਪੈਸੇ ਨਾਲ ਇਲਾਜ ਹੋਣਾ ਜੇ ਕੋਈ ਉਹਦਾ ਇਲਾਜ ਹੈਗਾ ਉਹਦੇ ਤੇ ਪੈਸੇ ਲਾ ਸਕਦੇ ਆਪਾਂ ਪੈਸੇ ਲਾ ਕੇ ਇਲਾਜ ਨਹੀਂ ਨਾ ਕਰ ਸਕਦੇ ਇਹਨਾਂ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਆ ਹਮੇਸ਼ਾ ਪਿਆਰ ਸਤਿਕਾਰ ਇੱਕ ਦੂਜੇ ਨਾਲ ਵੰਡੋ ਉਹਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਹਾਂ ਫਿਰ ਜਦੋਂ ਆਪਣੇ ਕੋਲੇ ਪਿਆਰ ਸਤਿਕਾਰ ਤੇ ਨਾਲ ਇਹੋ ਜਿਹੀ ਸਾਡੇ ਸਾਖ ਸੰਬੰਧੀ ਹੋਣ ਨਾ ਉਦੋਂ ਜ਼ਿੰਦਗੀ ਜੇਕਰ ਛੋਟੀ ਜਿਹੀ ਛੋਟੀ ਵੀ ਰਹੇ ਜੀ ਜ਼ਿੰਦਗੀ ਦੇ ਵਿੱਚ ਸਾਡੀ ਉਮਰ ਛੋਟੀ ਵੀ ਰਹੇ ਜੀ ਪਰ ਉਦੋਂ ਇਹ ਤਾਂ ਹੁੰਦਾ ਨਾ ਵੀ ਅਸੀਂ ਜ਼ਿੰਦਗੀ ਨੂੰ ਜੀ ਕੇ ਚੱਲੇ ਆ ਕਿਉਂਕਿ ਜੇਕਰ ਅਸੀਂ ਕੱਲਾ ਪੈਸਾ ਮੁੱਖ ਰੱਖਾਂਗੇ ਤਾਂ ਫਿਰ ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਦੀ ਘਾਟ ਰਹਿ ਜਾਂਦੀ ਹੈ ਤੇ ਜੇਕਰ ਮੈਂ ਇਸ ਤੋਂ ਥੋੜਾ ਜਿਹਾ ਅੱਗੇ ਚੱਲਾਂ ਜ਼ਿੰਦਗੀ ਦੇ ਵਿੱਚ ਸਮਾਂ ਇੱਕ ਅਜਿਹੀ ਚੀਜ਼ ਹੈ ਜਿਹੜਾ ਰਾਹ ਵੀ ਬਦਲ ਦਿੰਦਾ ਹੈ ਤੇ ਸੁਭਾਅ ਵੀ ਜੀ ਆਪਾਂ ਨੂੰ ਵੀ ਪਤਾ ਨਾ ਜਦੋਂ ਕਿਸੇ ਤੇ ਸਮਾਂ ਆਜੀ ਫਿਰ ਚਾਹੇ ਉਹ ਚੰਗਾ ਚਾਹੇ ਮਾੜਾ ਜੇ ਤਾਂ ਕਿਸੇ ਤੇ ਸਮਾਂ ਆ ਗਿਆ ਮਾੜਾ ਉਦਾਸ ਸੁਭਾਅ ਚੇਂਜ ਹੋ ਜਾਂਦਾ ਜਿਵੇਂ ਮੈਂ ਕਹਿ ਲਾ ਵੀ ਜੇਕਰ ਵਿਅਕਤੀ ਤੇ ਮਾੜਾ ਸਮਾਂ ਆ ਜੇ ਉਹ ਟੈਨਸ਼ਨ ਦੇ ਵਿੱਚ ਜਾਂ ਉਹਦੇ ਦਿਮਾਗ ਦੇ ਵਿੱਚ ਇੰਨੀਆਂ ਕਿ ਫਿਕਰਾਂ ਵੜ ਜਾਂਦੀਆਂ ਨੇ ਉਹ ਸੋਚਦਾ ਸੋਚਦਾ ਹੀ ਇਕੱਲਾ ਰਹਿ ਜਾਂਦਾ ਜੀ ਸੋਚਣ ਸ਼ਕਤੀ ਉਹਦੀ ਇੰਨੀ ਕੁ ਵੱਧ ਜਾਂਦੀ ਹੈ ਫਿਰ ਉਹਨੂੰ ਲੋਕਾਂ ਦੇ ਨਾਲ ਗੱਲਬਾਤ ਕਰਨਾ ਲੋਕਾਂ ਨਾਲ ਖੁਸ਼ੀਆਂ ਵੰਡਾਉਣਾ ਚੰਗਾ ਨਹੀਂ ਲੱਗਦਾ ਤੇ ਜੇਕਰ ਕਿਸੇ ਤੇ ਚੰਗਾ ਸਮਾਂ ਆ ਜੇ ਉਹਦੇ ਵਿੱਚ ਉਹ ਹੰਕਾਰੀ ਹੋ ਜਾਂਦਾ ਹੈ ਉਹਦੇ ਵਿੱਚ ਉਹ ਲੋਕਾਂ ਨੂੰ ਵੈਸੇ ਹੀ ਗੱਲਾਂ ਮਤਲਬ ਕਿ ਜੇ ਮੈਂ ਕਹਿ ਰਾਂ ਵੀ ਗੱਲਾਂ ਬਾਤਾਂ ਕਰਨੀਆਂ ਛੱਡ ਦਿੰਦਾ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਬਹੁਤ ਕੁਝ ਹੈ ਮੈਨੂੰ ਕੀ ਲੋੜ ਆ ਗੱਲ ਇੱਥੇ ਇਹ ਹੈ ਨ ਜਾ ਇੱਕ ਪਾਸੇ ਮਾੜਾ ਇੱਕ ਪਾਸੇ ਚੰਗਾ ਪਰ ਦੋਨਾਂ ਦੇ ਨਤੀਜੇ ਕੀ ਆ ਰਹੇ ਨੇ ਵੀ ਉਹਨਾਂ ਦਾ ਲੋਕਾਂ ਨਾਲੋਂ ਜਿਹੜਾ ਮਾਇਕਲਾਂ ਫਰਕ ਪੈ ਰਿਹਾ ਆਪਦੇ ਰਿਸ਼ਤੇਦਾਰਾਂ ਨੂੰ ਫਰਕ ਪੈ ਰਿਹਾ ਜੇਕਰ ਮਾੜਾ ਆਇਆ ਤਾਂ ਟੈਨਸ਼ਨਾਂ ਦੇ ਵਿੱਚ ਪਿੱਛੇ ਹੋ ਗਿਆ ਜੇ ਚੰਗਾ ਆਇਆ ਤਾਂ ਹੰਕਾਰ ਦੇ ਵਿੱਚ ਪਿੱਛੇ ਹੋ ਗਿਆ ਤੇ ਇਸ ਕਰਕੇ ਸਮੇਂ ਦੀ ਕਦਰ ਕਰੋ ਸਮੇਂ ਦੇ ਨਾਲ-ਨਾਲ ਚੱਲੋ ਸਮੇਂ ਨੂੰ ਕਦੀ ਵੀ ਚੈਲੰਜ ਨਾ ਕਰੋ ਆਪਾਂ ਕਹਿ ਨਹੀਂ ਦਿੰਦੇ ਵੀ ਸਮੇਂ ਨੂੰ ਚੈਲੰਜ ਕਰਨਾ ਸਭ ਤੋਂ ਵੱਡੀ ਬੇਕੂਫੀ ਆ ਕਿਉਂਕਿ ਸਮੇਂ ਨੇ ਤਾਂ ਆਪਦੀ ਚਾਲ ਚੱਲਣੀ ਹੈ ਨਾ ਇਹ ਤਾਂ ਆਪਣੇ ਤੇ ਹੈ ਵੀ ਆਪਾਂ ਉਹਦੇ ਨਾਲ ਕਿਵੇਂ ਚੱਲਦੇ ਹਾਂ ਤੇ ਰਾਹ ਵੀ ਚੇਂਜ ਹੋ ਜਾਂਦੇ ਨੇ ਜਿਵੇਂ ਮੈਂ ਪਹਿਲਾਂ ਹੀ ਕਹਤਾ ਵੀ ਜੇਕਰ ਸਮਾਂ ਬਦਲ ਜੇ ਤਾਂ ਰਾਹ ਵੀ ਉਦੋਂ ਬਦਲਣੇ ਨੇ ਤੇ ਸਾਨੂੰ ਰਾਹ ਵੀ ਉਹੋ ਜੇ ਚੋਣੇ ਚਾਹੀਦੇ ਨੇ ਵੀ ਜਿਹਦੇ ਨਾਲ ਅਸੀਂ ਚੰਗੇ ਪਾਸੇ ਚਲੇ ਜਾਈਏ ਕਿਉਂਕਿ ਜਦੋਂ ਸਮੇ ਨੇ ਆਪਦੀ ਕਰਵਟ ਬਦਲ ਲਈ ਤੇ ਉਦੋਂ ਸਾਡੇ ਰਾਹ ਵੀ ਬਦਲ ਜਾਣਗੇ ਤੇ ਸਾਡੇ ਰਾਹ ਚੰਗੇ ਹੋਣਗੇ ਤਾਂ ਆਟੋਮੈਟਿਕ ਉਸ ਹੀ ਉਹਦੇ ਨਾਲ ਚਲੇ ਜਾਵਾਂਗੇ ਕਿਉਂਕਿ ਹਮੇਸ਼ਾ ਸਮੇ ਨੇ ਸਾਨੂੰ ਚੰਗੇ ਪਾਸੇ ਲੈ ਕੇ ਜਾਣਾ ਇਹ ਸਾਡੀ ਹੈ ਅਸੀਂ ਸਮੇ ਤੋਂ ਪਾਸੇ ਹਟ ਕੇ ਮਾੜੇ ਪਾਸੇ ਜਾਂਦੇ ਕਿ ਨਹੀਂ ਜਾਂਦੇ ਦੇਖੋ ਜੀ ਅਸੀਂ ਦੇਖਿਆ ਵੀ ਹੁਣ ਤੱਕ ਜਿਹੜੀਆਂ ਔਰਤਾਂ ਉਹਨਾਂ ਨੂੰ ਕੀ ਸਿੱਖਿਆ ਦਾ ਅਧਿਕਾਰ ਨਹੀਂ ਸੀ ਪਰ ਜਿਵੇਂ ਜਿਵੇਂ ਸਮਾਂ ਬਦਲਿਆ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਵੀ ਮਿਲਿਆ ਤੇ ਬਰਾਬਰਤਾ ਦਾ ਅਧਿਕਾਰ ਵੀ ਮਿਲਿਆ ਪਰ ਜਿਵੇਂ ਜਿਵੇਂ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਮਿਲਿਆ ਉਹਨਾਂ ਨੇ ਕੀ ਆ ਆਪਦੀ ਪਛਾਣ ਖੁਦ ਬਣਾਉਣੀ ਸ਼ੁਰੂ ਕਰਤੀ ਹੈ ਜੀ ਤੇ ਹੁਣ ਉਹ ਵੀ ਕੀ ਹੈ ਜਦੋਂ ਅਸੀਂ ਕਹਿ ਦਿੰਨੇ ਆ ਨਾ ਵੀ ਇੱਕ ਰਸਤਾ ਜਦੋਂ ਇੱਕ ਨੇ ਖੋਲਤਾ ਤੇ ਬਾਕੀਆਂ ਨੇ ਵੀ ਉਹ ਰਸਤਾ ਜਿਹੜਾ ਆਸਾਨ ਹੋ ਜਾਂਦਾ ਹੁਣ ਕੀ ਹੈ ਜੀ ਜਿਹੜੀਆਂ ਔਰਤਾਂ ਆਪਦੀ ਜਿਹੜੀ ਉਹ ਤਸਵੀਰ ਹੈ ਇੱਕ ਅੱਗੇ ਲੈ ਕੇ ਆ ਰਹੀਆਂ ਇਸੇ ਤਰ੍ਹਾਂ ਜੀ ਭਾਰਤੀ ਮੂਲ ਦੀ ਇੱਕ ਸਿੱਖ ਔਰਤ ਹੈ ਕੋਨਨ ਉਹਨਾਂ ਨੇ ਕਿਹਾ ਜੀ ਕਨੈਕਟਿਵਿਟੀ ਵਿੱਚ ਇੱਕ ਨਿਊ ਹੈਵਨ ਸ਼ਹਿਰ 'ਚ ਆਪਦੀ ਪੁਲਿਸ ਸਹਾਇਕ ਵਜੋਂ ਸੌ ਚੁੱਕੀ ਹੈ ਜੀ ਬਹੁਤ ਹੀ ਵਧੀਆ ਚੰਗੀ ਖਬਰ ਹੈ ਜੀ ਉਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਵੀ ਜਿਹੜੀ ਉਹ ਪੁਲਿਸ ਸਹਾਇਕ ਸੁਪਰਡੈਂਟ ਬਣ ਗਿਆ ਉਹਨਾਂ ਨੇ ਕਿਹਾ ਜੀ ਹੁਣ ਸੌ ਵੀ ਚੋਕਲੇਟ ਇਸੇ ਤਰ੍ਹਾਂ ਹੀ ਜੀ ਜਿਹੜੀ ਇਹ ਕੋਨਲ ਹੈਗੀ ਹੈਗੀ ਇਹਨਾਂ ਨੇ ਕਨੈਕਟਿਕਟ ਦੇ ਇੱਕ ਨਿਊ ਹੈਵਨ ਸ਼ਹਿਰ ਵਿੱਚ ਆਪਦੀ ਪੁਲਿਸ ਸਹਾਇਕ ਮੁਖੀ ਦੇ ਤੌਰ ਤੇ ਸੌਹ ਚੁੱਕੀ ਹੈ ਦੇਖੋ ਜੀ ਜਦੋਂ ਅਸੀਂ ਇੱਕ ਰਸਤਾ ਖੋਲਦੀ ਹੈ ਨਾ ਤੇ ਬਾਕੀ ਜਿਹੜੇ ਬੱਚੇ ਹੁੰਦੇ ਆ ਉਹਨਾਂ ਵਾਸਤੇ ਵੀ ਜਿਹੜਾ ਉਹ ਰਸਤਾ ਸੌਖਾ ਹੋ ਜਾਂਦਾ ਹੈ ਕਿਉਂਕਿ ਅਸੀਂ ਕਈ ਵਾਰ ਨਾ ਇਹੀ ਸੋਚ ਕੇ ਉਥੋਂ ਪਿੱਛੇ ਹਟ ਜਾਂਦੇ ਵੀ ਇਹ ਰਸਤਾ ਤਾਂ ਔਖਾ ਹੈ ਪਰ ਜਿਹੜਾ ਰਸਤਾ ਔਖਾ ਹੁੰਦਾ ਅਸੀਂ ਉਹਦੇ ਚ ਹੀ ਕਾਮਯਾਬ ਹੁੰਨੇ ਆ ਦੇਖੋ ਅਰ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਭਾਰਤੀ ਮੂਲ ਦੀ ਔਰਤ ਨੂੰ ਵਧਾਈ ਦਿੰਨੇ ਆ ਤੇ ਦਿਲ ਤੋਂ ਵਧਾਈ ਦਿੰਨੇ ਆ ਸਾਡਾ ਵਿਰਾਸਤ মিডিਆ ਵੀ ਉਹਨਾਂ ਨੂੰ ਵਧਾਈ ਦਿੰਦਾ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਆ ਨਾ ਔਰਤ ਦੀ ਤੇ ਸਾਡੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਰਿਪੋਰਟ ਵੀ ਪੇਸ਼ ਕਰਾਂਗੇ ਜਿਹਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਪਿਛਲੇ ਸਮੇਂ ਦੇ ਵਿੱਚ ਔਰਤ ਦੀ ਹਾਲਤ ਕੀ ਸੀ ਤਾਂ ਹੁਣ ਜਿਹੜੀ ਔਰਤ ਦੀ ਹਾਲਤ ਹੈ ਉਹ ਕੀ ਹੈ ਸਰਕਾਰਾਂ ਵੱਲੋਂ ਕੀ ਕੁਝ ਕੀਤਾ ਗਿਆ ਕਿਹੜੇ ਐਕਟਾਂ ਅਧੀਨ ਕੀ ਕੰਮ ਹੋਏ ਇਹ ਸਾਰਾ ਕੁਝ ਇੱਕ ਰਿਪੋਰਟ ਜ਼ਰੀਏ ਅਸੀਂ ਤੁਹਾਡੇ ਨਾਲ ਜ਼ਰੂਰ ਇਸ ਸੱਤ ਸ਼੍ਰੀ ਅਕਾਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਕਰਾਂਗੇ ਤੇ ਜੇਕਰ ਮੈਂ ਇੱਕ ਖਬਰ ਦੀ ਗੱਲ ਕਰਾਂ ਤਾਂ ਚੰਗੀ ਗੱਲ ਹੈ ਜਿੱਥੇ ਕਿਤੇ ਔਰਤਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਅਰ ਜੀ ਇੱਕ ਗੱਲ ਤਾਂ ਹੈਗੀ ਹੈ ਵੀ ਹੁਣ ਅੱਜ ਦੇ ਸਮੇਂ ਦੇ ਵਿੱਚ ਨਾ ਸਰਕਾਰਾਂ ਵੱਲੋਂ ਕੋਈ ਘ ਸਰਕਾਰਾਂ ਨੇ ਜਿੰਨਾ ਹੋ ਸਕਦਾ ਸੀ ਉਹਨਾ ਮਾਣ ਸਤਿਕਾਰ ਔਰਤਾਂ ਨੂੰ ਦਿੱਤਾ ਹੈ ਸਰਕਾਰਾਂ ਦੇ ਵਿੱਚ ਬਦਲਾਅ ਲੋਕਾਂ ਦੇ ਵਿੱਚ ਬਦਲਾਅ ਲੋਕਾਂ ਦੀ ਸੋਚਣੀ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਦੇਖਣ ਨੂੰ ਮਿਲ ਰਿਹਾ ਤੇ ਇਸ ਦੇ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ ਨਾ ਨਤੀਜੇ ਆ ਨਿਕਲ ਰਹੇ ਨੇ ਵੀ ਕਿਤੇ ਕਿਤੇ ਜਿਹੜੀ ਕੋਈ ਲੜਕੀ ਹੈ ਆਪਾਂ ਪਿਛਲੇ ਜੀ ਵੀ ਇੱਕ ਗੱਲ ਕੀਤੀ ਸੀ ਇੱਕ ਲੜਕੀ ਹੈ ਜਿਹਨੇ ਕਿ ਟ੍ਰੇਨ ਦੇ ਵਿੱਚ ਪਹਿਲੀ ਜਿਹੜੀ ਡਰਾਈਵਰ ਬਣੀ ਹੈ ਭਾਰਤ ਦੇ ਵਿੱਚ ਇੱਕ ਨਵੀਂ ਟ੍ਰੇਨ ਚੱਲੀ ਹੈ ਉਹਦੀ ਜਿਹੜੀ ਡਰਾਈਵਰ ਉਹ ਲੜਕੀ ਬਣੀ ਹੈ ਦੇਖੋ ਜਿੱਥੇ ਕਿਤੇ ਆਪਾਂ ਗੱਲ ਕਰਦੇ ਸੀ ਵੀ ਜਿਹੜੇ ਕੰਮ ਮਰਦਾਂ ਨੂੰ ਆਪਾਂ ਇੱਕ ਸੋਚਣ ਸ਼ਕਤੀ ਸੀ ਆਪਣ ਉਸ ਦੇ ਵਿੱਚ ਅੱਜ ਔਰਤਾਂ ਮੂਰੇ ਨੇ ਉਹ ਕੰਮ ਨੂੰ ਲੈ ਕੇ ਅੱਜ ਔਰਤਾਂ ਸਭ ਤੋਂ ਪਹਿਲਾਂ ਜੇ ਮੈਂ ਕਹਿੰਦਾ ਜੁਆਇਨ ਕਰਦੀਆਂ ਨੇ ਤਾਂ ਇੱਥੇ ਹੀ ਪਤਾ ਲੱਗਦਾ ਵੀ ਹੁਣ ਔਰਤ ਤੇ ਮਰਦ ਦੇ ਵਿੱਚ ਬਰਾਬਰੀ ਤਾਂ ਹੈਗੀ ਐ ਤੇ ਇਹ ਮਿਲ ਵੀ ਰਹੀ ਐ ਇਸ ਤੇ ਕੋਈ ਚਿੰਤਾ ਨਹੀਂ ਅਸੀਂ ਜਿਤਾ ਸਕਦੇ ਵੀ ਇਹ ਚਿੰਤਾ ਕਰਨ ਵਾਲੀ ਗੱਲ ਆ ਵੀ ਕਿਉਂ ਮਿਲ ਰਹੀ ਐ ਚੰਗੀ ਗੱਲ ਆ ਸਮਾਜ ਅੱਗੇ ਵਧ ਰਿਹਾ ਹਾਂ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਔਰਤਾਂ ਦੇ ਵਿੱਚ ਥੋੜੀ-ਮੋਟੀ ਮੈਂ ਕਹਿ ਸਕਦਾ ਘਾਟ ਆ ਵੀ ਉਹ ਜਿਹੜੇ ਰਸਤੇ ਆ ਉਹਨਾਂ ਨੂੰ ਫਰੋਲਣ ਲੱਗੀਆਂ ਸਮਾਂ ਲਾ ਦਿੰਦੀਆਂ ਨੇ ਰਸਤੇ ਜੇਕਰ ਉਹ ਚੰਗੇ ਚੌਂ ਲੈਂ ਤਾਂ ਛਿਦੀ ਪਹੁੰਚ ਜਾਂਦੀਆਂ ਨੇ ਕਿਉਂਕਿ ਇੱਕ ਗ ਹੋਤਾ ਹੈ ਜੇਕਰ ਉਹਨੇ ਕੋਈ ठान ਲਿਆ ਤਾਂ ਉਹ ਜ਼ਰੂਰ ਪੂਰਾ ਕਰਦੀ ਹੈ ਜੀ ਤੇ ਜੇਕਰ ਮੈਂ ਇਸ ਤੋਂ ਅਗਲੀ ਖਬਰ ਦੀ ਗੱਲ ਕਰਾਂ ਤਾਂ ਆਪਾਂ ਨੂੰ ਵੀ ਪਤਾ ਜੀ ਭਾਰਤ ਦੇ ਵਿੱਚ ਸਿੱਖਿਆ ਪੱਧਰ ਨੂੰ ਲੈ ਕੇ ਸਰਕਾਰ ਕਾਫੀ ਚਿੰਤਤ ਨਜ਼ਰ ਆ ਰਹੀ ਨਹੀਂ ਜਿਵੇਂ ਮੈਂ ਇਹ ਕਹਲਾਂ ਵੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ ਕਾਫੀ ਕੁਝ ਹੋ ਰਿਹਾ ਚਾਹੀ ਮੈਂ ਗੱਲ ਕਰ ਲਾ ਪੰਜਾਬ ਦੀ ਚਾਹੀ ਕਿਸੇ ਹੋਰ ਸੂਬੇ ਦੀ ਗੱਲ ਕਰ ਲਾ ਜੇ ਮੈਂ ਕੱਲੇ ਪੰਜਾਬ ਦੀ ਗੱਲ ਕਰਾਂ ਤਾਂ ਆਪਾਂ ਦੇਖਿਆ ਸੀ ਵੀ ਪੰਜਾਬ ਦੀ ਕਈ ਪ੍ਰਿੰਸੀਪਲ ਜਾਂ ਅਧਿਆਪਕ ਜਿਨ੍ਹਾਂ ਨੂੰ ਬਾਹਰ ਦੇਸ਼ ਭੇਜਿਆ ਗਿਆ ਸੀ ਸਿੱਖਿਆ ਦੀ ਨੀਤੀ ਨੂੰ ਉੱਚਾ ਚੁੱਕਣ ਦੇ ਲਈ ਉਥੋਂ ਸਿੱਖ ਕੇ ਆਉਂਦੇ ਨੇ ਉਸ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਕਈ ਹੋਰ ਜਾਂ ਮੈਂ ਕਹਲਾਂ ਵੀ ਕੁਝ ਹੋਰ ਵੀ ਕੀਤਾ ਜਾ ਰਿਹਾ ਜਿਹਦੇ ਨਾਲ ਸਿੱਖਿਆ ਦਾ ਜਿਹੜਾ ਪੱਧਰ ਆ ਹੋਰ ਉੱਚਾ ਅਰ ਜੀ ਆਪਾਂ ਨੂੰ ਵੀ ਪਤਾ ਵੀ ਪੰਜਾਬ ਦੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਮੈਂ ਕਹਿਲਾਂ ਵੀ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਪੜ੍ਹਦੇ ਨੇ ਉਹਨਾਂ ਦੇ ਸਿੱਖਿਆ ਦਾ ਪੱਧਰ ਬਹੁਤ ਜਿਹੜਾ ਥੱਲੇ ਸੀ ਜਾਂ ਕਹਿਲਾਂ ਵੀ ਸਿੱਖਿਆ ਨੂੰ ਪੜ੍ਹਾਉਣ ਦੇ ਲਈ ਜਵਾਕਾਂ ਨੂੰ ਪੜ੍ਹਾਉਣ ਦੇ ਲਈ ਸਿੱਖਿਆ ਦੇਣ ਦੇ ਲਈ ਉਸ ਸਕੂਲਾਂ ਦੇ ਵਿੱਚ ਟੀਚਰ ਬਹੁਤ ਘੱਟ ਨੇ ਟੀਚਰਾਂ ਕੋਲੇ ਕੰਮ ਜ਼ਿਆਦਾ ਨਹੀਂ ਤੇ ਪੜ੍ਹਾਉਣ ਦਾ ਸਮਾਂ ਘੱਟ ਹੈ ਕਿਉਂਕਿ ਆਪਾਂ ਨੂੰ ਵੀ ਪਤਾ ਸੀ ਨਾ ਵੀ ਪਹਿਲਾਂ ਜਿਹੜੇ ਸਕੂਲਾਂ ਦੇ ਵਿੱਚ ਉਹ ਸਰਕਾਰੀ ਸਕੂਲਾਂ ਦੇ ਵਿੱਚ ਮਿਡ-ਡੇ ਮੀਲ ਜਿਹੜੀ ਮਿਲਦੀ ਹੈ ਬੱਚਿਆਂ ਨੂੰ ਦੇ ਅਧਿਆਪਕ ਉਹਨਾਂ ਨੂੰ ਤਿਆਰ ਕਰਾਉਣ ਦੇ ਵਿੱਚ ਕਾਫੀ-ਕਾਫੀ ਸਮਾਂ ਲਗਾ ਦਿੰਦੇ ਸੀ ਜਿਵੇਂ ਮੈਂ ਕਹਿ ਲਾਂ ਵੀ ਉਹਨਾਂ ਕੋਲੇ ਇਹੋ ਜਿਹੇ ਹੋਰ ਬਥੇਰੇ ਕੰਮ ਹੁੰਦੇ ਸੀ ਸਕੂਲਾਂ ਦੇ ਵਿੱਚ ਜਿਹੜੇ ਕਿ ਉਹ ਪਹਿਲ ਦੇ ਆਧਾਰ ਤੇ ਕਰਦੇ ਸੀ ਤੇ ਸਿੱਖਿਆ ਨੂੰ ਪ੍ਰਦਾਨ ਕਰਨਾ ਲੋਕਾਂ ਨੂੰ ਪੜਾਉਣਾ ਉਹਨਾਂ ਦਾ ਐਂਡ ਵਾਲਾ ਕੰਮ ਹੋ ਚੁੱਕਿਆ ਸੀ ਉਸ ਦੇ ਨਾਲ ਬੱਚਿਆਂ ਤੇ ਕਾਫੀ ਅਸਰ ਪੈ ਰਿਹਾ ਸੀ ਤੇ ਇਸ ਤੇ ਸਰਕਾਰ ਵੱਲੋਂ ਅਭੀ ਕੁਝ ਕੀਤਾ ਜਾ ਰਿਹਾ ਹੈ ਰਾਸ਼ਟਰੀ ਨੀਤੀ ਦੇ ਅਧੀਨ ਉਹਨਾਂ ਨੇ ਬਹੁਤ ਜਿਹੜਾ ਸੋਚਿਆ ਤੇ ਸਿੱਖਿਆ ਪੱਧਰ ਨੂੰ ਉੱਚਾ ਕਰਨ ਦੇ ਲਈ ਕਿਹਾ ਇਸ ਅਧੀਨ ਹੁਣ ਸਰਕਾਰ ਵੱਲੋਂ ਇੱਕ ਜਿਹੜੀ ਸਕੀਮ ਚਲਾਈ ਜਾ ਰਹੀ ਹੈ ਜੀ ਸ਼੍ਰੀ ਪੀਐਮ ਸਕੀਮ ਇਸ ਅਧੀਨ ਉਹਨ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਮਿੱਡੀ ਮੀਲ ਹੈ ਇਹ ਅਧਿਆਪਕਾਂ ਦੁਆਰਾ ਨਹੀਂ ਬਣਾਇਆ ਜਾਊਗਾ ਤੇ ਜਿਹੜੇ ਅਧਿਆਪਕ ਨੇ ਕੇਵਲ ਸਿੱਖਿਆ ਹੀ ਪ੍ਰਦਾਨ ਕਰਨਗੇ ਉਹਨਾਂ ਦਾ ਇਸ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੋਊਗਾ ਜਾਂ ਮੈਂ ਇਹ ਕਹਿਣਾ ਵੀ ਇੱਕ ਖਬਰ ਦਾ ਮਤਲਬ ਹੈਗਾ ਵੀ ਅਧਿਆਪਕ ਨੂੰ ਹੁਣ ਸਿਵਾਏ ਪੜ੍ਹਾਈ ਜਾਂ ਸਿੱਖਿਆ ਦੇਣ ਤੋਂ ਇਲਾਵਾ ਸਕੂਲ ਦੇ ਵਿੱਚ ਹੋਰ ਕੋਈ ਕੰਮ ਨਹੀਂ ਹੋਊਗਾ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਪਹਿਲਾਂ ਆਪਾਂ ਦੇਖਿਆ ਨਾ ਵੀ ਇੱਕ ਪਾਸੇ ਤਾਂ ਜਵਾਕ ਇੱਕ ਸਵਾਲ ਸਮਝਣ ਲਈ ਮਾਸਟਰ ਕੋਲੇ ਜਾਂਦਾ ਤੇ ਮਾਸਟਰ ਦੂਜੇ ਪਾਸੇ ਖੰਡ ਦਿਆਂ ਜਾਂ ਕਣਕ ਦੀਆਂ ਬੋਰੀਆਂ ਟਰਾਲੀ ਦੇ ਲੱਦੀ ਲਿਉਂਦਾ ਹੁੰਦਾ ਇਹ ਸਰਕਾਰੀ ਸਕੂਲਾਂ ਦੀ ਕਹਾਣੀ ਹੇ ਜੀ ਸ਼ਾਇਦ ਤੁਸੀਂ ਜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਹੋ ਤਾਂ ਤੁਹਾਨੂੰ ਪਤਾ ਹੋਵੇ ਜਾਂ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਨਹੀਂ ਉਹਨਾਂ ਨੂੰ ਪਤਾ ਹੈ ਜਾਂ ਮੈਂ ਪੁਰਾਣੀ ਸਮੇਂ ਦੀ ਗੱਲ ਕਰਲਾਂ ਖੈਰ ਹੁਣ ਤਾਂ ਸਮੇਂ ਦੇ ਵਿੱਚ ਬਹੁਤ ਫਰਕ ਆ ਗਿਆ ਹੁਣ ਤਾਂ ਜਿਹੜੀ ਸਿੱਖਿਆ ਨੀਤੀ ਹੈ ਬਹੁਤ ਵਧੀਆ ਬਣ ਗਈ ਪਰ ਪਹਿਲਾਂ ਕੀ ਹੁੰਦਾ ਸੀ ਜੇਕਰ ਮੈਂ ਆਪਦੀ ਥੋੜੀ ਜਿਹੀ ਵਿਚਾਰ ਸਾਂਝੀ ਕਰਾਂ ਤਾਂ ਮੈਂ ਇੱਕ ਵਿਅਕਤੀ ਨੂੰ ਮਿਲਿਆ ਜਿਹੜਾ ਕਿ ਥੋੜੀ ਜਿਹੀ ਵੱਧ ਉਮਰ ਦਾ ਜਾ ਮੈਂ ਕਹਿ ਲਾ ਵੀ ਸਾਡੇ ਪਿਤਾ ਸਮਾਨ ਸੀ ਉਹਨਾਂ ਨੇ ਕਿਹਾ ਵੀ ਪਹਿਲਾਂ ਵਾਲੇ ਜਮਾਨੇ ਦੇ ਵਿੱਚ ਤਾਂ ਜਿਹੜੇ ਅਧਿਆਪਕ ਨੇ ਸਾਰੇ ਕੰਮ ਹੀ ਕਰਦੇ ਸੀ ਹੁਣ ਤੇ ਕਰੋ ਜਿਹੜੀ ਰ ਕਿ ਨਾ ਕੋਈ ਵੀ ਕਾਮ ਅਧਿਆਪਕ ਨੇ ਕਰਨਾ ਚਾਹੀਏ ਜੇਕਰ ਕੋਈ ਲੈਟਰ ਆਇਆ ਸਰਕਾਰ ਵੱਲੋਂ ਉਸ ਦਾ ਜਵਾਬ ਵੀ ਅਧਿਆਪਕ ਨੇ ਦੇਣਾ ਕਿਉਂਕਿ ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਕਲਰਕ ਨਹੀਂ ਹੁੰਦੀ ਸੀ ਤੇ ਜੇਕਰ ਕੋਈ ਜਿਵੇਂ ਸਕੀਮ ਚੱਲਦੀ ਹੈ ਇਹ ਸਕੀਮ ਦੇ ਅਧੀਨ ਵੀ ਜਿਹੜੇ ਸਾਰੇ ਕੰਮ ਆ ਉਹ ਅਧਿਆਪਕਾਂ ਵੱਲੋਂ ਕੀਤੇ ਜਾਂਦੇ ਸੀ ਤੇ ਇਸ ਤਹਿਤ ਉਹਨਾਂ ਕੋਲੇ ਹੋਰ ਜਿਹੜੇ ਕੰਮ ਹੈ ਜਿ ਅਧਿਆਪਕ ਜਿਹੜੇ ਪੜਾਉਣ ਦਾ ਕੰਮ ਆ ਉਹ ਨਹੀਂ ਕਰ ਪਾਉਂਦੇ ਸੀ ਜੀ ਤਾਂ ਹੁਣ ਇਸ ਨੀਤੀ ਦੇ ਅਧੀਨ ਸਰਕਾਰ ਵੱਲੋਂ ਕਾਫੀ ਉਪਰਾਲੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਵੀ 1.5 ਲੱਖ ਦੇ ਸਕੂਲਾਂ ਦੇ ਕਰੀਬ ਉਹਨਾਂ ਤੋਂ ਇਹ ਵਾਅਦਾ ਕੀਤਾ ਜਾ ਰਿਹਾ ਜਾਂ ਉਹਨਾਂ ਤੋਂ ਇਹ ਕਸਮ ਲਈ ਜਾ ਰਹੀ ਹੈ ਲ ਕੋਈ ਵੀ ਬੱਚਾ ਹੁੰਦਾ ਤਾਂ ਉਹਨੂੰ ਪੜ੍ਹਾਉਂਦਾ ਥੋੜਾ ਸਭ ਤੋਂ ਪਹਿਲਾ ਹੱਕ ਹੋਊਗਾ ਤੁਸੀਂ ਇਹ ਕੋਈ ਵੀ ਕੰਮ ਨਹੀਂ ਕਰਨਾ ਕਮਰਜੀ ਕੱਲਾ ਮੈਂ ਹੀ ਨਹੀਂ ਕਹਿੰਦਾ ਵੀ ਜਿਹੜਾ ਇਹ ਮਿਡਲ ਦੇ ਸਕੀਮ ਦੇ ਵਿੱਚ ਖਾਣਾ ਬਣਾਉਣਾ ਹੀ ਕੰਮ ਆ ਅਧਿਆਪਕਾਂ ਨੂੰ ਆਪਾਂ ਵੀ ਪਤਾ ਜਦੋਂ VOTING ਹੁੰਦੀ ਆ ਉਹ ਵੀ ਕੰਮ ਦਿੱਤੇ ਜਾਂਦੇ ਸੀ ਜਾਂ ਹੋਰ ਕੋਈ ਕੰਮ ਉਹ ਵੀ ਅਧਿਆਪਕਾਂ ਕੋਲੇ ਹੁੰਦੇ ਸੀਗੇ ਜੇਕਰ VOTING ਹੁੰਦੀ ਆ ਤਾਂ ਉਹਦੇ ਵਿੱਚ ਬਹਿਣਾ ਵੀ ਅਧਿਆਪਕਾਂ ਨੇ ਹੁੰਦਾ ਸੀ ਤੇ ਇਹਦੇ ਨਾਲ ਪੜ੍ਹਾਈ ਤੇ ਕਾਫੀ ਅਸਰ ਪੈਂਦਾ ਸੀਗਾ ਤੇ ਹੁਣ ਇਹ ਜਿਹੜੇ ਕੰਮ ਛੱਡ ਕੇ ਉਹਨਾਂ ਨੂੰ ਕੇਵਲ ਦੱਸਿਆ ਗਿਆ ਵੀ ਉਹਨਾਂ ਨੇ ਸਿੱਖਿਆ ਨੀਤੀ ਨੂੰ ਅੱਗੇ ਵਧਾਉਣ ਦੇ ਲਈ ਜਾਂ ਸਿੱਖਿਆ ਦਾ ਪੱਧਰ ਉ ਜੇ ਵੀ ਇਸ ਨਾਲ ਦੇਸ਼ ਦੇ ਵਿੱਚ ਬਹੁਤ ਫਰਕ ਪਊਗਾ ਦੇਸ਼ ਦੇ ਹਰ ਇੱਕ ਨੌਜਵਾਨ ਦੇ ਵਿੱਚ ਉਸ਼ਾ ਵਧੂਗਾ ਪੜ੍ਹਨ ਦਾ ਕਿਉਂਕਿ ਜਿਹੜੀ ਨਹੀਂ ਹੁੰਦੀ ਨਾ ਛੋਟੇ ਬੱਚੇ ਦੀ ਉਹ ਸਕੂਲਾਂ ਤੋਂ ਸ਼ੁਰੂ ਹੁੰਦੀ ਹੈ ਲੈ ਕੇ ਚੰਗੀ ਨਹੀਂ ਸ਼ੁਰੂ ਹੋ ਜਾਈ ਚੰਗੇ ਸਕੂਲਾਂ ਦੇ ਵਿੱਚ ਲੋਕ ਪੜ੍ਹਨ ਲੱਗ ਜਾਣ ਬੱਚੇ ਪੜ੍ਹਨ ਲੱਗ ਜਾਣ ਅਧਿਆਪਕ ਚੰਗਾ ਮਿਲ ਜੇ ਉਸ ਨੂੰ ਉਹ ਕਹਿੰਦੇ ਤਾਂ ਹੁੰਦੀ ਹੈ ਵੀ ਅਧਿਆਪਕ ਇੱਕ ਮੋਮਬਤੀ ਵਾਂਗ ਹੈ ਜੋ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ ਪਰ ਜਿੱਥੇ ਅਧਿਆਪਕ ਆਪ ਹੀ ਬਾਹਰ ਫਿਰਦਾ ਉਹ ਵਿਚਾਰਾ ਰੋਸ਼ਨੀ ਕਿਸੇ ਨੂੰ ਕੀ ਦੇ ਦੂਗਾ ਉਹ ਤਾਂ ਆਪ ਹੀ ਸਕੂਲ 'ਚ ਹੈ ਨਹੀਂਗਾ ਤੇ ਜੇਕਰ ਹੁਣ ਇਸ ਨੀਤੀ ਅਧੀਨ ਇਹਨਾਂ ਚੰਗੇ ਕੰਮ ਹੋ ਰਹੇ ਨਹੀਂ ਤਾਂ ਚ ਕਰਕੇ ਭਾਰਤ ਨੂੰ ਕਿਸੇ ਸੂਬੇ ਨੂੰ ਭਾਰਤ ਦੇ ਵਿੱਚ ਬਹੁਤ ਸਾਰੇ ਸੂਬੇ ਆ ਉਹਨਾਂ ਦੇ ਵਿੱਚ ਯੂਜੀਐ ਸਕੀਮਾ ਤਹਿਤ ਹੋ ਸਕਦਾ ਕਿ ਤਨੇ ਕਿਤੇ ਨੌਜਵਾਨ ਚੰਗੇ ਪਾਸੇ ਜਰੂਰ ਲੱਗ ਜਾਣ ਜੀ ਦੇਖੋ ਜੀ ਗੱਲ ਕਰਦੇ ਆ ਇੱਕ ਕਿਸਾਨ ਦੀ ਜਿਹੜਾ ਕਿ ਆ ਆਪਦੀ ਕਮਾਈ ਦੇ ਵਿੱਚੋਂ ਕਣ-ਕਣ ਇਕੱਠਾ ਕਰਕੇ ਕੀ ਆ ਆਪਦੇ ਪਰਿਵਾਰ ਵਾਸਤੇ ਇੱਕ ਸੁਪਨਾ ਬੁੰਦਾ ਕਿ ਉਹ ਆਪਦੇ ਪਰਿਵਾਰ ਨੂੰ ਆਪਦੇ ਬੱਚਿਆਂ ਨੂੰ ਕੀ ਆ ਆਪਦੀ ਚੰਗੀ ਉਹਨਾਂ ਦੀ ਪੜ੍ਹਾਈ ਦੇ ਸਕੇ ਉਹਨਾਂ ਨੂੰ ਚੰਗਾ ਜਿਹੜਾ ਜੀਵਨ ਦੇ ਸਕੇ ਤੇ ਉਸ ਇਨਸਾਨ ਦੇ ਨਾਲ ਉਸ ਕਿਸਾਨ ਦੇ ਨਾਲ ਹੀ ਇਹੋ ਜਿਹੇ ਦੁਆਰ ਤਾਂ ਹੋ ਜਾਂਦੀਆਂ ਤਾਂ ਅਸੀਂ ਕੀ ਕਹਿ ਸਕਦੇ ਆ ਵੀ ਜਿਹੜੀ ਸਾਡੀ ਪੰਜਾਬ ਦੀ ਇਸ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈਗੀ ਉਹ ਚੰਗੇ ਕੰਮ ਵੱਲ ਜਾਊਗੀ ਇਸੀ ਤਰ੍ਹਾਂ ਹੀ ਜੀ ਇੱਕ ਮੋਗਾ ਦੇ ਵਿੱਚ ਪਿੰਡ ਦੌਲਤਪੁਰਾ ਦੇ ਵਿੱਚ ਇੱਕ ਕਿਸਾਨ ਸੀਗਾ ਜਿਨੇ ਕੀ ਆਪਦਾ ਟਰੈਕਟਰ ਵਿੱਚ ਆ ਸੀ ਤੇ ਉਹਦੇ ਕੋਲ ਜਿਹੜੀ ਰਾਸ਼ੀ ਸੀਗੀ ਅੱਧੀ ਰਾਸ਼ੀ ਤਾਂ ਉਹਦੀ ਕੀ ਇਹ ਬੈਂਕ ਵਿੱਚ ਟਰਾਂਸਫਰ ਕਰ ਦਿੱਤੀ ਗਈ ਸੀ ਤੇ ਅੱਧੀ ਰਾਸ਼ੀ ਉਹਦੇ ਕੋਲ ਸੀਗੀ ਜਦੋਂ ਆ ਰਿਆ ਸੀਗਾ ਤੇ 6 ਨਕਾਬਪੋ ਸੀਗੇ ਜਿਹੜੇ ਉਹਨਾਂ ਨੇ ਕੀਆ ਉਹਨਾਂ ਤੇ ਹਮਲਾ ਕੀਤਾ ਤੇ ਜਿਹੜੀ ਉਹ ਰਾਸ਼ੀਆ ਉਹ ਲੁੱਟ ਕੇ ਫਰਾਰ ਹੋ ਗਿਆ ਜੀ ਦੇਖੋ ਜੀ ਅਸੀਂ ਕੀ ਸਮਝ ਸਕਦੇ ਆ ਵੀ ਉਹ ਕਿਸਾਨ ਨੂੰ ਵਿਚਾਰੇ ਨੂੰ ਕੀ ਪਤਾ ਕੀ ਜ਼ਰੂਰਤ ਹੋਣੀ ਹੈ ਜਿਹੜਾ ਇੱਕ ਟਰੈਕਟਰ ਹੁੰਦਾ ਨਾ ਅਸੀਂ ਵੀ ਮੰਨਦੇ ਆ ਹਨਾ ਜਿਹੜਾ ਇੱਕ ਕਿਸਾਨ ਦਾ ਸੰਦ ਹੈ ਨਾ ਉਹ ਉਹ ਨੂੰ ਆਪਦੀ ਫੈਮਲੀ ਦੇ ਬਰਾਬਰ ਹੀ ਉਹ ਸਮਝਦਾ ਹੁੰਦਾ ਤੇ ਜਦੋਂ ਉਹ ਨੂੰ ਵੇਚਣਾ ਪੈ ਜੇ ਪਹਿਲੀ ਗੱਲ ਤਾਂ ਉਹ ਵਿਚਾਰਾ ਪਹਿਲੇ ਹੀ ਤਕਲੀਫ ਨਾਲ ਭਰਿਆ ਹੁੰਦਾ ਤੇ ਦੂਜਾ ਕੀ ਪਤਾ ਉਹ ਨੂੰ ਕੀ ਜ਼ਰੂਰਤ ਹੋਣੀ ਹੈ ਵੀ ਜਿਹੜਾ ਉਹਨੇ ਆਪਦਾ ਟਰੈਕਟਰ ਤਰਾ ਆਉਂਦਾ ਜਿਹੜਾ ਜਿਹਨੂੰ ਇੱਕ ਬਾਪੂ ਦੀ ਤਰ੍ਹਾਂ ਮੰਨਦਾ ਹੈ ਉਹੀ ਵੇਚ ਕੇ ਉਹ ਪੈਸਿਆਂ ਨਾਲ ਕੀ ਪਤਾ ਨਹੀਂ ਕੀ ਕਰਨਾ ਸੀ ਤੇ ਜਿਹੜੇ ਉਹ ਤੋਂ ਖੋਲੇ ਗਏ ਆ ਦੇਖੋ ਜਦੋਂ ਆਪਾਂ ਇਹੋ ਜਿਹੇ ਘਟਨਾਵਾਂ ਸੌਂਦੇ ਆ ਨਾ ਤੇ ਫਿਰ ਆਪਾਂ ਕਹਿ ਦਿੰਦੇ ਆ ਵੀ ਕਿਸਾਨ ਆਤਮ ਹੱਤਿਆ ਕਿਉਂ ਕਰਦਾ ਕਿਸਾਨ ਦੇ ਸਿਰ ਕਰਜ਼ਾ ਕਿਉਂ ਚੜਦਾ ਮੈਂ ਇਹ ਨਹੀਂ ਕਹਿੰਦਾ ਵੀ ਕੱਲੀਆਂ ਇਹੋ ਜਿਹੇ ਵਾਰਦਾਤਾਂ ਨਾਲ ਹੀ ਕਿਸਾਨ ਦੇ ਉੱਤੇ ਕਰਜ਼ਾ ਚੜਦਾ ਪਰ ਕਿਤੇ ਨਾ ਕਿਤੇ ਕਿਸਾਨ ਨੂੰ ਕਰਜ਼ਾਈ ਕਰਨ ਦੇ ਵਿੱਚ ਇਹੋ ਜਿਹਿਆਂ ਵਾਰਦਾਤਾਂ ਦਾ ਜ਼ਰੂਰ ਹਿੱਸਾ ਹੁੰਦਾ ਹੈ ਕਿਉਂਕਿ ਜਦੋਂ ਇੱਕ ਕਿਸਾਨ ਕੋਈ ਵੀ ਚੀਜ਼ ਵੇਚਦਾ ਜਿਵੇਂ ਤੁਸੀਂ ਟਰੈਕਟਰ ਦੀ ਗੱਲ ਕੀਤੀ ਆ ਖैर ਜੇਕਰ ਮੈਂ ਛੋਟੀ ਜਿਹੀ ਗੱਲ ਕਰਦਾ ਇੱਥੇ ਤਾਂ ਟਰੈਕਟਰ ਕਿਸਾਨ ਨੂੰ ਆਪਦੇ ਪਿਓ ਵਰਗਾ ਹੁੰਦਾ ਹੈ ਉਹ ਛੋਟਾ ਲਾਣੀਦਾਰ ਕਹਿ ਦਿੰਦਾ ਜਾਂ ਲਾਣੀਦਾਰ ਕਹਿੰਦਾ ਵੀ ਸਾਡੇ ਘਰ ਦਾ ਟਰੈਕਟਰ ਲਾਣੀਦਾਰ ਆ ਜਿਹੜਾ ਉਹਨਾਂ ਦੇ ਖੇਤ ਵਹੰਦਾ ਜਿਹੜਾ ਉਹਨਾਂ ਦੀ ਖੇਤੀ ਨੂੰ ਪ੍ਰਫੁੱਲਿਤ ਕਰਦਾ ਜਿਹੜਾ ਉਹਦੇ ਖੇਤ ਵਿੱਚ ਉਹਨਾਂ ਦੇ ਅਨਾਜ ਨੂੰ ਉਗਾਉਂਦਾ ਜਿਹੜਾ ਅਨਾਜ ਉਹਨਾਂ ਦੇ ਘਰ ਦੇ ਬੱਚੇ ਖਾਂਦੇ ਨੇ ਤੇ ਵੇਚ ਕੇ ਉਹਨਾਂ ਦੇ ਬੱਚਿਆਂ ਦੀਆਂ ਹੋਰ ਜ਼ਰੂਰਤਾਂ ਪੂਰੀਆਂ ਹੁੰਦੀਆਂ ਇੱਕ ਨਰਜੀ ਗਾਣਾ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਇੱਕ ਜਿਹੜਾ ਪਿਓ ਹੁੰਦਾ ਉਹ ਆਪਦਾ ਟਰੈਕਟਰ ਵੇਚਦਾ ਇੱਕ ਪੋਤੋ ਦੇ ਕੋਲੇ ਖੜਾ ਹੁੰਦਾ ਤੇ ਉਹ ਕਹਿੰਦੇ ਹੁੰਦੇ ਆ ਵੀ ਪਿਓ ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਜੀ ਜਦ ਸਮਾਜ ਦੇ ਵਿੱਚ ਇਹ ਗੱਲਾਂ ਸੱਚਾਈ ਨੇ ਕਿਸੇ ਜੇਕਰ ਸਿੰਗਰ ਨੇ ਗਾਣਾ ਗਾਇਆ ਤੇ ਉਹਨੇ ਕੁਝ ਦੇਖ ਕੇ ਗਾਇਆ ਨਾ ਉਹਨੇ ਕਿਸੇ ਦੇ ਹਾਲਾਤ ਦੇਖ ਕੇ ਕਿਸੇ ਪਿਓ ਪੁੱਤ ਦੇ ਹਾਲਾਤ ਦੇਖ ਕੇ ਕਿਵੇਂ ਉਹਨੇ ਟਰੈਕਟਰ ਵਿੱਚ ਆ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਨੌਜਵਾਨਾਂ ਵੱਲੋਂ ਜਾਂ ਮੈਂ ਕਹਿਣਾ ਵੀ 675 ਜਿਹੜੇ ਵਿਅਕਤੀਆਂ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਤਾਂ ਸਾਨੂੰ ਲੋੜ ਹੈ ਜੀ ਸਾਨੂੰ ਲੋੜ ਹੈ ਸਮਝਣ ਦੀ ਵੀ ਅੱਜ ਦੇ ਕਿਸਾਨ ਦੇ ਨਾਲ ਪੰਜਾਬ ਜਾਂਦਾ ਹੈ ਅੱਜ ਦੇ ਕਿਸਾਨ ਦੇ ਨਾਲ ਪੰਜਾਬ ਦੇ ਵਿੱਚ ਜੇਕਰ ਰੋਟੀ ਪੱਕਦੀ ਹੈ ਤਾਂ ਜੇਕਰ ਕਿਸਾਨ ਦਾਤਾ ਅੰਨ ਅਗਾਉਂਦਾ ਤਾਂ ਹੀ ਰੋਟੀ ਪੱਕਦੀ ਹੈ ਨਾ ਜੀ ਜੇਕਰ ਆਪਾਂ ਗੱਲ ਕਰਦੇ ਵੀ ਆਪਾਂ ਅਨਾਜ ਬਾਹਰੋਂ ਲੈਣੇ ਆ ਤੇ ਬਾਹਰੋਂ ਵੀ ਕਿੱਥੋਂ ਲੈਣੇ ਆ ਜੇਕਰ ਆਪਾਂ ਖਰੀਦਦੇ ਆ ਤਾਂ ਉਹ ਵੀ ਜੇਕਰ ਕਿਸਾਨਾਂ ਦੇ گاਉਂ ਦਾ ਫੇਰ ਹੀ ਖਰੀਦ ਸਕਦੇ ਆ ਨਾ ਫੇਰ ਹੀ ਦੁਕਾਨਾਂ ਤੇ ਆਉਂਦਾ ਤੇ ਜਦੋਂ ਕਿਸਾਨਾਂ ਨਾਲ ਸਾਡੇ ਅਨਦਾਤਾ ਨਾਲ ਇਹੋ ਜਿਹਾ ਕੁਝ ਹੋਣ ਲੱਗ ਜੇ ਜਾਂ ਕਹਿ ਲਾਂ ਮੈਂ ਵੀ ਜਦੋਂ ਧਰਤੀ ਤੇ ਇਹੋ ਜੀਆਂ ਚੀਜ਼ਾਂ ਇਸ ਸੂਬੇ ਦੇ ਵਿੱਚ ਇਹ ਜੀਆਂ ਚੀਜ਼ਾਂ ਹੋਣ ਲੱਗ ਜਾਣ ਜਿੱਥੇ ਕਿਤੇ ਅਸੀਂ ਕਿਸਾਨਾਂ ਨੂੰ ਰੱਬ ਵਰਗਾ ਸਨਮਾਨ ਦਿੰਨੇ ਆ ਉੱਥੇ ਫਿਰ ਚਿੰਤਾ ਤਾਂ ਹੋ ਹੀ ਜਾਂਦੀ ਹੈ ਚਿੰਤਾ ਪ੍ਰਗਟਾਈ ਜਾਂਦੀ ਹੈ ਚਿੰਤਾ ਵਾਲੀ ਗੱਲ ਕਹੀ ਜਾਂਦੀ ਹੈ ਇਸ ਤੇ ਸਰਕਾਰ ਨੂੰ ਆਮ ਲੋਕਾਂ ਨੂੰ ਖੁਦ ਨੂੰ ਜਾਗਰੂਕ ਹੋਣਾ ਪਊਗਾ ਖੁਦ ਨੂੰ ਜਿਹੜੇ ਨੌਜਵਾਨ ਇਹ ਜੀਆਂ ਲੁੱਟਾ ਖੂਹਾ ਕਰਦੇ ਆ ਕਿਉਂ ਕਰਦੇ ਆ ਜੇਕਰ ਆਪਾਂ ਛੋਟੀ ਜੀ ਗੱਲ ਕਰ ਲਈਏ ਜਿਵੇਂ ਆਪਾਂ ਕਹਿ ਹੀ ਦਿੰਨੇ ਨੂੰ ਇਹ ਪੰਜਾਬ ਨੂੰ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਲੱਗਿਆ ਹੋਇਆ ਤੇ ਉੱਥੇ ਜੇਕਰ ਵਿਅਕਤੀ ਕੋਈ ਕਿਸੇ ਵੱਲੋਂ ਚੋਰੀ ਕੀਤੀ ਜਾਂਦੀ ਹੈ ਤਾਂ ਕਿਤਨਾ ਕਿਤੇ ਇਹ ਜੋੜ ਲਿਆ ਜਾਂਦਾ ਆਮ ਲੋਕਾਂ ਵੱਲੋਂ ਮੇਰੇ ਵਰਗਿਆਂ ਵੱਲੋਂ ਇਹ ਜੋੜ ਲਿਆ ਜਾਂਦਾ ਹੈ ਵੀ ਇਹ ਜਿਹੜੀ ਲੁੱਟ ਖੋਹ ਆ ਇਹ ਲੋਕਾਂ ਨੇ ਉਹਨਾਂ ਨੌਜਵਾਨਾਂ ਨੇ ਕੀਤੀ ਹੋਣੀ ਜਿਨ੍ਹਾਂ ਨੂੰ ਨਸ਼ੇ ਦੀ ਲੋੜ ਹੈ ਤੇ ਇੱਥੇ ਸਾਨੂੰ ਸਮਝਣ ਦੀ ਲੋੜ ਆ ਇੱਥੇ ਸਾਨੂੰ ਚਿੰਤਾ ਪ੍ਰਗਟਾਉਣ ਦੀ ਲੋੜ ਆ ਵੀ ਸਾਡੀ ਨੌਜਵਾਨੀ ਤੇ ਸਾਡਾ ਕਿਸਾਨ ਕਿੱਥੇ ਜਾ ਰਿਹਾ ਤੇ ਜੇਕਰ ਮੈਂ ਇਸ ਤੋਂ ਅ ਦੀ ਖਬਰ ਦੀ ਗੱਲ ਕਰਾਂ ਤਾਂ ਅਰ ਜੀ ਆਪਾਂ ਨੂੰ ਵੀ ਪਤਾ ਹੋਵੇ ਪਠੰਡੇ ਦੇ ਵਿੱਚ ਨਾ ਆਪਾਂ ਅਕਸਰ ਗੱਲ ਕਰਦੇ ਹੁੰਨੇ ਆ ਜਾਂ ਮੈਂ ਉਸ ਬਿਮਾਰੀ ਦੀ ਗੱਲ ਕਰ ਲਾ ਜਿਹਨੂੰ ਆਪਾਂ ਕੈਂਸਰ ਕਹਿੰਦੇ ਆ ਤਾਂ ਬਠਿੰਡੇ ਦੇ ਵਿੱਚ ਆਪਾਂ ਗੱਲ ਕਰਦੇ ਹੁੰਨੇ ਆ ਇੱਕ ਟ੍ਰੇਨ ਤੁਰਦੀ ਆ ਜਿਹਨੂੰ ਆਪਾਂ ਨਾਮ ਹੀ ਕੈਂਸਰ ਟ੍ਰੇਨ ਦਿੰਨੇ ਆ ਉਸ ਤੇ ਅਸੀਂ ਰਿਪੋਰਟ ਵੀ ਇੱਕ ਜ਼ਰੂਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਸਾਡੇ ਦਰਸ਼ਕਾਂ ਨੂੰ ਮੈਂ ਇਹ ਦੱਸ ਦੇਵਾਂ ਤੇ ਹੁਣ ਬਠਿੰਡਾ ਦੇ ਵਿੱਚ ਇੱਕ ਬਹੁਤ ਹੀ ਵਧੀਆ ਮੈਂ ਕਹਲਾਂ ਵੀ ਪ੍ਰਾਲਾ ਕੀਤਾ ਗਿਆ ਇੱਕ ਹਸਪਤਾਲ ਦੇ ਵਿੱਚ 10 ਲੱਖ ਰੁਪਏ ਕੀਮਤ ਵਾਲੀ ਮਸ਼ੀਨ ਲਿਆਂਦੀ ਗਈ ਹੈ ਜਿਸ ਦੇ ਨਾਲ ਕੁੱਲ 200 ਟੈਸਟ ਕੀਤੇ ਜਾ ਸਕਦੇ ਨੇ ਜਿਸ ਦੇ ਨਾਲ ਕੈਂਸਰ ਵਰਗੇ ਉਹਨਾਂ ਟੈਸਟਾਂ ਨੂੰ ਆਪਾਂ ਕਰ ਸਕਦੇ ਆ ਜਿਹੜੇ ਕਿ ਲੋਕਾਂ ਨੂੰ ਬਹੁਤ ਹੀ ਮਹਿੰਗੇ ਤੇ ਬਾਹਰ ਜਾ ਕੇ ਕਰਵਾਉਣੇ ਪੈਂਦੇ ਸੀ ਤੇ ਜੇਕਰ ਮੈਂ ਗਰੀਬ ਲੋਕਾਂ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਬਾਹਰ ਜਾ ਕੇ ਦੂਰ ਦਰਾਡੇ ਵੀ ਕਰਾਉਣੇ ਪੈਂਦੇ ਸੀ ਕਿਉਂਕਿ ਟੈਸਟ ਬਹੁਤ ਹੀ ਮਹਿੰਗੇ ਹੁੰਦੇ ਨੇ ਤੇ ਹੁੰਦੇ ਵੀ ਕਿਤੇ ਕਿਤੇ ਸਪੈਸ਼ਲ ਥਾਵਾਂ ਤੇ ਨਹੀਂ ਤਾਂ ਉਹ ਜਿਹੜੀ ਮਸ਼ੀਨ ਹੈ ਆਪਾਂ ਨੇ ਬਟੰਡੇ ਦੇ ਵਿੱਚ ਜਾਂ ਮੈਂ ਕਹਾਂ ਲਾ ਬਟੰਡਾ ਜ਼ਿਲ੍ਹਾ ਦੇ ਵਿੱਚ ਆ ਚੁੱਕੀ ਹੈ ਤੇ ਉੱਥੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਇਹ ਮਸ਼ੀਨ ਦਾ ਜਿਹੜਾ ਉਦਘਾਟਨ ਕੀਤਾ ਜਨਾ ਸਮਾਰਟ ਫਾਈਨੈਂਸ ਬੈਂਕ ਵੱਲੋਂ ਇਹ ਮਸ਼ੀਨ ਜਿਹੜੀ ਭੇਂਟ ਕੀਤੀ ਗਈ ਹੈ ਹਸਪਤਾਲ ਨੂੰ ਚੰਗੀ ਗੱਲ ਆ ਜਿੱਥੇ ਕਿਤੇ ਅਸੀਂ ਗੱਲ ਕਰਦੇ ਆਂ ਵੀ ਲੋਕ ਇਹੋ ਜਿਹੀਆਂ ਬਿਮਾਰੀਆਂ ਨਾਲ ਜੂਝ ਰਹੇ ਆ ਤੇ ਜਿਹੜੇ ਟੈਸਟ ਨੇ ਉਹ ਕਰਵਾਉਣ ਦੇ ਲਈ ਉਹਨਾਂ ਨੂੰ ਦੂਰ ਦਰਾਡੇ ਜਾਣਾ ਪੈਂਦਾ ਉਹਨਾਂ ਦੇ ਲਈ ਮੈਂ ਤਾਂ ਇਹੀ ਕਹਿ ਦਿੰਨਾ ਵੀ ਚੰਗਾ ਜਿੱਥੇ ਕਿਤੇ ਮਾਲਵੇ ਦੇ ਵਿੱਚ ਆਪਾਂ ਕੈਂਸਰ ਦੀ ਗੱਲ ਕਰਦੇ ਆ ਵੀ ਸਾਰ ਨਾਲ ਵੱਧ ਪੀੜਿਤ ਮਾਲਵਾ ਹੈ ਤਾਂ ਉੱਥੇ ਜੇਕਰ ਇਹੋ ਜਿਹੀਆਂ ਮਸ਼ੀਨਾਂ ਉਪਲਬਧ ਹੋਣਗੀਆਂ ਤਾਂ ਕਿਤੇ ਨਾ ਕਿਤੇ ਮੈਂ ਇਹ ਨਹੀਂ ਕਹਿੰਦਾ ਵੀ ਦੁੱਖ ਘਟ ਜਾਂਦਾ ਕਿਉਂਕਿ ਜਿਹੜੀ ਬਿਮਾਰੀ ਲੱਗ ਜੇ ਉਹਦਾ ਦੁੱਖ ਤਾਂ ਨਹੀਂ ਘਟਦਾ ਪਰ ਉਹਨਾਂ ਬਿਮਾਰੀਆਂ ਨੂੰ ਠੀਕ ਕਰਨ ਦੇ ਵਿੱਚ ਜਦੋਂ ਸਹਾਇਤਾ ਮਿਲਦੀ ਆ ਤਾਂ ਕਿਤੇ ਨਾ ਕਿਤੇ ਆਰਾਮ ਮਿਲਦਾ ਕਿਤੇ ਨਾ ਕਿ ਸਾਡੇ ਲਈ ਇਹ ਤਾਂ ਹੋਇਆ ਸਾਡੇ ਲਈ ਆ ਕੁਝ ਤਾਂ ਇੱਥੇ ਆਇਆ ਤੇ ਉਹ ਜਿਹੜੀ ਮਸ਼ੀਨਾਂ ਆ ਚੁੱਕੀ ਹੈ ਤੇ ਅਸੀਂ ਵਧਾਈ ਦਿੰਨੇ ਆ ਸਰਕਾਰ ਵੱਲੋਂ ਵੀ ਵਧਾਈ ਦਿੰਨੇ ਆ ਤੇ ਉਹ ਬੈਂਕ ਜਿਸ ਬੈਂਕ ਨੇ ਇਹ ਪੇਛੀਨ ਭੇਟ ਕੀਤੀ ਹੈ ਉਹਨਾਂ ਨੂੰ ਵੀ ਵਧਾਈ ਦਿੰਨੇ ਆ ਵੀ ਜੇਕਰ ਉਹਨਾਂ ਨੇ ਭੇਟ ਕੀਤੀ ਹੈ ਤੇ ਇਸ ਦੇ ਨਾਲ ਲੋਕਾਂ ਦੀ ਬਹੁਤ ਭਲਾਈ ਹੋਊਗੀ ਲਾਪ੍ਰਿਤ ਹਰ ਸਾਲ 21000 ਜਿਹੜੇ ਸੈਨਿਕ ਹੈਗੇ ਆ ਉਹ ਕੀ ਸੇਵਾ ਮੁਕਤ ਹੋ ਗਏ ਪੰਜਾਬ ਚ ਮੁੜ ਵਸੇਬੇ ਵਾਸਤੇ ਆਉਂਦੇ ਆ ਜੀ ਤੇ ਉਹ ਫੌਜੀਆਂ ਵਾਸਤੇ ਕੀ ਆ ਹਰ ਸਾਲ ਜਿਹੜੇ 15 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਉਹਨਾਂ ਨੂੰ ਨਾ ਇੱਕ ਪ੍ਰਮਾਣ ਪੱਤਰ ਵਿਸ਼ੇਸ਼ ਪ੍ਰਮਾਣ ਪੱਤਰ ਜਿਹੜਾ ਉਹ ਮਿਲਦਾ ਹੁੰਦਾ ਹੈ ਤੋ ਕਈ ਯੂਨੀਵਰਸਿਟੀਆਂ ਤਾਂ ਕੀ ਹੈ ਪਹਿਲਾਂ ਹੀ ਉਹਨਾਂ ਨੂੰ ਪ੍ਰਮਾਣ ਪੱਤਰ ਦੇ ਦਿੰਦੀਆਂ ਤੇ ਪਰ ਹੁਣ ਕੀ ਜਿਹੜੀ ਮੰਨੀ ਪਰਮੰਨੀ ਸਾਡੀ ਯੂਨੀਵਰਸਿਟੀ ਹੈਗੀ ਪੀਯੂ ਯੂਨੀਵਰਸਿਟੀ ਜੀ ਉਹਨਾਂ ਨੇ ਵੀ ਐਲਾਨ ਕਰਤਾ ਵੀ ਜਿਹੜੀ ਫੌਜੀਆਂ ਵਾਸਤੇ ਇਹ ਵਿਸ਼ੇਸ਼ ਪ੍ਰਮਾਣ ਪੱਤਰ ਹੈਗੀ ਉਹ ਮੁਹੱਈਆ ਕਰਵਾਏ ਜਾਣਗੇ ਚੰਗੀ ਗੱਲ ਹੈ ਜਿੱਥੇ ਇਹ ਸੇਵਾਮੁਕਤ ਹੋ ਕੇ ਜਿਹੜੇ ਫੌਜੀ ਵਾਪਸ ਆਉਂਦੇ ਆ ਆਪਦੇ ਵਸੀਬੇ ਵਾਸਤੇ ਉਹਨਾਂ ਵਾਸਤੇ ਜਿਹੜੇ ਪ੍ਰਮਾਣ ਪੱਤਰ ਆ ਉਹਨਾਂ ਨੂੰ ਮਿਲਣਗੇ ਤਾਂ ਉਹਨਾਂ ਵਾਸਤੇ ਇੱਕ ਰੁਜ਼ਗਾਰ ਦਾ ਸਾਧਨ ਜਿਹੜਾ ਉਹ ਮਿਲੂਗਾ ਦੇਖੋ ਜਦੋਂ ਆਪਾਂ ਗੱਲ ਕਰਦੇ ਆ ਨਾ ਕਿਸੇ ਵੀ ਵਿਅਕਤੀ ਦੀ ਚਾਹੇ ਉਹ ਫੌਜੀ ਹੈ ਤੇ ਚਾਹੇ ਉਹ ਕਿਸਾਨ ਜਦੋਂ ਆਪਾਂ ਰੁਜ਼ਗਾਰ ਦੀ ਗੱਲ ਕਰਦੇ ਆ ਤਾਂ ਹਰੇਕ ਨੂੰ ਚਾਹੀਦਾ ਹੀ ਹੁੰਦਾ ਹੈ ਫਿਰ ਚਾਹੀਓ ਫੌਜੀ ਜਦੋਂ ਰਿਟਾਇਰ ਹੋ ਕੇ ਵਾਪਸ ਆਉਂਦੇ ਨੇ 15 ਸਾਲ ਦੀ ਨੌਕਰੀ ਕਰਕੇ ਆਉਂਦੇ ਨੇ ਦੇਖੋ ਵਰਜੀ ਇੱਕ ਗੱਲ ਤਾਂ ਤੈਅ ਆ ਵੀ ਜਦੋਂ ਆਪਾਂ ਨੌਕਰੀ ਕਰਕੇ ਵਾਪਸ ਆਉਂਨੇ ਆ ਤੇ ਫੌਜੀ ਇੱਕ ਅਜਿਹੀ ਨੌਕਰੀ ਹੈ ਜਦੋਂ ਫੌਜ ਦੇ ਵਿੱਚ ਉਹ ਵਿਅਕਤੀ ਵਾਪਸ ਆਉਂਦਾ ਤੇ ਉਹਦੀ ਉਮਰ ਹਜੇ ਹੁੰਦੀ ਆ ਵੀ ਉਹ ਕਮਾ ਸਕੇ ਤੇ ਉਹ ਕਮਾਉਣਾ ਵੀ ਚਾਹੁੰਦਾ ਹੁੰਦਾ ਕਿਉਂਕਿ ਰੋਜ਼ਗਾਰ ਹਰੇਕ ਨੂੰ ਚਾਹੀਦਾ ਕਿਉਂਕਿ ਉਹਦੀ ਉਮਰ ਹਜੇ ਕਾਫੀ ਪਈ ਹੁੰਦੀ ਹੈ ਤੇ ਇਸ ਦੇ ਕਈ ਯੂਨੀਵਰਸਿਟੀਆਂ ਨੇ ਜਿਵੇਂ ਤੁਸੀਂ ਦੱਸ ਹੀ ਦਿੱਤਾ ਵੀ ਪਹਿਲਾਂ ਵੀ ਜਿਹੜਾ ਇਹ ਸਰਟੀਫਿਕੇਟ ਜਾਂ ਜਿਹੜੀ ਗ੍ਰੈਜੂਏਟ ਦੀ ਡਿਗਰੀ ਹੈ ਦਿੱਤੀ ਜਾਂਦੀ ਸੀ ਹੁਣ ਪੀਯੂ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਦਿੱਤੀ ਜਾ ਰਹੀ ਹੈ ਚੰਗੀ ਗੱਲ ਹੈ ਸਾਡੀ ਮੰਨੀ ਪਰਮੰਨੀ ਯੂਨੀਵਰਸਿਟੀ ਹੈ ਪੰਜਾਬ ਦੀ ਯੂਨੀਵਰਸਿਟੀ ਹੈ ਤੇ ਉਹਨਾਂ ਨੇ ਵੀ ਜਿਹੜਾ ਮਾਣ ਹੈ ਫੌਜੀਆਂ ਦਾ ਵਧਾਇਆ ਤੇ ਜੇਕਰ ਮੈਂ ਇਸ ਤੋਂ ਅੱਗੇ ਗੱਲ ਕਰਾਂ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਾਂ ਮੈਂ ਕਹਿ ਰਾਂ ਵੀ ਮੈਂ ਜਦੋਂ ਮੌਸਮ ਦੀ ਗੱਲ ਕੀਤੀ ਸੀ ਇਸ ਪ੍ਰੋਗਰਾਮ ਦੇ ਵਿੱਚ ਤਾਂ ਮੈਂ ਉਹਨੂੰ ਕਿਹਾ ਸੀ ਵੀ ਅਸੀਂ ਖਬਰ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਵੱਲੋਂ ਐਲਾਨ ਕੀਤੇ ਗਏ ਨੇ ਤਾਂ ਐਲਾਨ ਕੀ ਕੀਤੇ ਗਏ ਨੇ ਆਪਾਂ ਨੂੰ ਵੀ ਪਤਾ ਜੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਆਂ ਵੀ ਜਿਹੜੀਆਂ ਪੰਜਾਬ ਦੇ ਵਿੱਚ ਫਸਲਾਂ ਦਾ ਕਾਫੀ ਨੁਕਸਾਨ ਇਸ ਵਾਰੀ ਹੋਇਆ ਹੈ ਮੌਸਮ ਦੇ ਕਾਰਨ ਹੋਇਆ ਜਾਂ ਮੈਂ ਕਹਿ ਰਾਂ ਵੀ ਕੁਦਰਤ ਵੱਲੋਂ ਜਿਹੜਾ ਨੁਕਸਾਨ ਕੀਤਾ ਗਿਆ ਤੇ ਇਸ ਦੇ ਜਿਹੜੇ ਜਿਹੜੇ ਮੁਆਵਜ਼ੇ ਨੇ ਉਹ ਸਰਕਾਰ ਵੱਲੋਂ ਦਿੱਤੇ ਗਏ ਨੇ ਜਾਂ ਮੈਂ ਕਹਿ ਰਾਂ ਵੀ ਮੁਆਵਜ਼ਿਆਂ ਦੇ ਵਿੱਚ 25% ਦੀ ਵਾਧਾ ਸਰਕਾਰ ਵੱਲੋਂ ਕੀਤਾ ਗਿਆ ਜੀ ਇੱਕ ਗੱਲ ਦੂਜੀ ਗੱਲ ਜਿਹੜਾ ਕਰਜ਼ਾ ਲੈ ਕੇ ਸਰਕਾਰ ਨੇ ਇਹ ਬਜਾਈ ਕੀਤੀ ਜਾਂ ਆਪਦੀਆਂ ਕਣਕਾਂ ਪਾਲੀਆਂ ਉਸ ਕਰਜ਼ੇ ਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜਾ ਕਰਜ਼ਾ ਇਹ ਹਜੇ ਜਿਹੜੇ ਕਿਸਾਨਾਂ ਵੱਲੋਂ ਨਹੀਂ ਦਿੱਤਾ ਜਾਊਗਾ ਤੇ ਉਹਦੇ ਤੇ ਜਿਹੜਾ ਵਿਆਜ ਲੱਗਦਾ ਉਹ ਖਤਮ ਕਰ ਦਿੱਤਾ ਗਿਆ ਕੇਵਲ ਕੱਲੀ-ਕੱਲੀ ਰਾਸ਼ੀ ਕਿਸਾਨਾਂ ਨੂੰ ਦੇਣੀ ਪਊਗੀ ਉਹ ਵੀ ਹਜੇ ਮੁਲਤਵੀ ਕੀਤੀ ਹੈ ਪਰ ਜਿਹੜਾ ਕਰਜ਼ੇ ਦਾ ਵਿਆਜ ਹੈ ਉਹ ਕੀ ਹੈ ਸਰਕਾਰ ਨੇ ਕਿਹਾ ਸੀ ਖੁਦ ਭਰਾਂਗੇ ਦੇਖੋ ਇੱਕ ਗੱਲ ਤਾਂ ਹੈ ਜਿਸ ਹਿਸਾਬ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕੀਤੇ ਨੇ ਚੰਗੀ ਗੱਲ ਆ ਲੋੜ ਵੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਖੁਦ ਜਾ ਜਾ ਕੇ ਦੇਖਿਆ ਸੀ ਵੀ ਕਿਸ ਹਿਸਾਬ ਦੇ ਨਾਲ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਕਣਕਾਂ ਉਹ ਵਿਸ਼ੇ ਪਈਆਂ ਕਣਕਾਂ ਦਾ ਝਾੜ ਕਿੰਨਾ ਘਟ ਗਿਆ ਜਿਵੇਂ ਇਕੱਲਾ ਵੀ ਕਣਕਾਂ ਦੀ ਫਸਲ ਕਾਫੀ ਨੁਕਸਾਨੀ ਗਈ ਹੈ ਤੇ ਉਸ ਦੇ ਨਾਲ ਲੋੜ ਸੀ ਕਿਸਾਨਾਂ ਨੂੰ ਹੁਲਾਰਾ ਦੇਣ ਦੀ ਲਈ ਕਿਉਂਕਿ ਕਿਸਾਨਾਂ ਦੇ ਮਨ ਦੇ ਵਿੱਚ ਇੱਕ ਜਦੋਂ ਇਹੋ ਜਿਹਾ ਉਹਨਾਂ ਦੇ ਨਾਲ ਘਟਨਾ ਵਾਪਰ ਜੇ ਜਾਂ ਮੈਂ ਕਹੇ ਲਾ ਵੀ ਕਿਸਾਨਾਂ ਦੀ ਇੱਕ ਆਣਦਾਤਾ ਜਿਹੜਾ ਆਪਾਂ ਕਹਿੰਦੇ ਆ ਉਹਦੀ ਫਸਲ ਨੂੰ ਨੁਕਸਾਨ ਹੋ ਜੇ ਹੁੰਦਾ ਤੇ ਉਹਨੂੰ ਦੁਬਾਰਾ ਹੁਲਾਰਾ ਦੇਣ ਦੇ ਲਈ ਕੁਝ ਕਰਨਾ ਚਾਹੀਦਾ ਸਰਕਾਰਾਂ ਨੂੰ ਦੀ ਸਰਕਾਰ ਨੇ ਕੀਤਾ ਸਰਕਾਰ ਨੇ ਕਿਸਾਨ ਦਾ ਮਾਣ ਵਧਾਇਆ ਸਰਕਾਰ ਨੇ ਕਿਸਾਨ ਨੂੰ ਹੌਸਲਾ ਦਿੱਤਾ ਵੀ ਉਹ ਜਿਹੜਾ ਇਹ ਪਰਪਾਈ ਹੈ ਖੁਦ ਕਰਨਗੇ ਵਿਆਜ ਦੀ ਪਰਪਾਈ ਖੁਦ ਕਰਨਗੇ ਤੇ ਜਿਹੜਾ ਉਹ ਰਾਸ਼ੀ ਆ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਕਹਿਣ ਦਾ ਭਾਬੀ ਜਿਹੜੀ ਇਹ ਰਾਸ਼ੀ ਬੈਂਕਾਂ ਵੱਲੋਂ ਦਿੱਤੀ ਜਾਂਦੀ ਸੀ ਜਿਹੜੀ ਪੰਜਾਬ ਰਾਜ ਬੈਂਕ ਵੱਲੋਂ ਦਿੱਤੀ ਜਾਂਦੀ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਚੰਗੀ ਗੱਲ ਹੈ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਕਿਸਾਨਾਂ ਦੀਆਂ ਤਕਲੀਫਾਂ ਨੂੰ ਦੇਖਿਆ ਕਿਸਾਨਾਂ ਦੇ ਨਾਲ ਖੜੇ ਨੇ ਇਸੇ ਤਰ੍ਹਾਂ ਹੀ ਅਸੀਂ ਆਸ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਕਿਸਾਨਾਂ ਦੀਆਂ ਤਕਲੀਫਾਂ ਨੂੰ ਸੁਣਦੇ ਰਹਿਣ ਤੇ ਉਹਨਾਂ ਦੇ ਜਿਹੜਾ ਨਵਤੇਰਾ ਉਹ ਜੀ ਵਕਤ ਹੋ ਗਈ ਜਾਇਤ ਲੈਣ ਦਾ ਤੁਸੀਂ ਸਾਡੇ ਨਾਲ ਆਪਣੀ ਸਾਂਝ ਬਣਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਸੀਂ ਦੇਖ ਰਹੇ ਸੀ ਵਿਰਾਸਤ ਟੀਵੀ ਤੇ ਸਾਡਾ ਖਾਸ ਪ੍ਰੋਗਰਾਮ ਸੱਤ ਸੇ ਅਕਾਲ ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਤਾਂ ਵਿਰਾਸਤ ਮੀਡੀਆ ਕੈਨੇਡਾ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਲਈ Facebook ਪੇਜ ਫੋਲੋ ਕਰ ਸਕਦੇ ਹੋ ਤਦ ਤੱਕ ਲਈ ਦੇਖਦੇ ਰਹੋ ਵਿਰਾਸਤ ਟੀਵੀ ਸਾਡੀ ਵਿਰਾਸਤ ਸਾਡੀ ਪਛਾਣ